ਇੱਕ ਤੇ ਇਹ ਇੱਕ ਡੌਨ ਇੱਕ ਮਿੰਟ ਠਹਿਰ ਜਾਓ ਡੌਨ ਡੋਗਵਾ ਓਏ ਸਰਪੰਚ ਨੇ ਉੱਚੀ ਬੋਲ ਕੇ ਲੋਕਾਂ ਦੇ ਉੱਤੇ ਉਹ ਲੋ ਉਹ ਦਾ ਦੇਣ ਵਾਸਤੇ ਕਿਤੋਂ ਨਾ ਕਿਤੋਂ ਤੇਰੇ ਚਿਹਰੇ ਤੇ ਮੁਨਾਫਕਤ ਝਲਕ ਰਹੀ ਕਿਉਂ ਸਰਪੰਚ ਸਾਹਿਬ ਉਹ ਮੁਨਾਫਕ 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 ਅਤਰਾਂ ਦੀ ਦੁਕਾਨ ਪਾਈ ਅਤਰਾਂ ਦੀ ਟ੍ਰਾਈ ਰੂਮ ਵੀ ਬਣਾਇਆ ਤਾਂ ਪਾਗਲ ਨਾ ਬੰਦਾ किस्मत हमें मिलने से रोकेगी भला कब तक इन प्यार की राहों में भटकेगी वफा कब तक पदमों के निशान खुद ही मंजिल का पता होंगे सौ बार जन्म लेंगे सौ बार फना होंगे बाबा कॉपीराइट आ जाता भाजी नहीं कॉपीराइट आ जाता उन्होंने पता नहीं ना असल दे विच उस्ताद जी मुस्तनसर हुसैन तारक साहब हां एक गल कही है कि वो मेनू लड़ी हुई है चलो ओए ठहर जा गल उस्ताद जी मैं चार दिन हो गए यूसुफ अलैहिस्सलाम का वाकया देख लिया उस्ताद जी एक गल ऐसी है कही है बीबी जुलैखा ने नबीली हुए ने बुढ़े हुए ने नहीं पता उन्हें हकीकत कि नहीं लेकिन जो फिल्म च दरबार च सरकार अपने कमां कुमां च लग जाते शाहे मिस्र बन जाते तो एक औरत आँदी कहती कि यह सारे काम है तो वह जिन्हें तेरी खातर जिंदगी बर्बाद कर ली अन्नी हो गई अखा तो वह नहीं सोचा कभी वह खैर वह करते करते दरबार च बुला लेते हैं बिल्कुल नबीनी ज़ईफ ते इंज खान ते वो यूसुफ दे चक्कर च है ना तो उस्ताद जी वह वेखते रहो तो कहते जुलैखा तुम हो उस्ताद जी कहती जुलैखा कहाँ अब तो तुम ही तुम लड़ गया मैनु जुलैखा कहते रही अब तो रांझा मुझ में रांझे में ते कल दी गल ले लेकिन बाद इन्होंने कहा जुलैखा कहा अब तो तुम ही तुम हो लड़ी है उन्होंने ना एक बहुत खूबसूरत गल की कहते क्या पता कि क्यामत गुजर गई हो और हम जहन्नम में रह रहे हैं साजी बड़ी प्रिय गल उन्होंने अपना नाम भला क्यों रखा मुस्तनसर हुसैन तारक ताकि उन्होंने घट लोग नहीं ताकि अताई ना ही ना ले सके सिर्फ पढ़े लिखे बंदे नाम लैन बस मुस्तनसर हुसैन तारक वैसे कैसी गल आ इहदी प्रोनाउंसिएशन बड़ी मुश्किल आ अच्छा मुस्तनसर हुसैन ए जिहड़े सीना दो होंदी ने ये बोलन लगे प्रॉब्लम कर मुस्तनसर हुसैन अगो तारक कई जिहड़े शॉर्ट करदे एम एस तारक हाँ ये भी ठीक है चलो जी अच्छा जी अज तुम सामने सामने आ जाओ क्योंकि ना अज आई आया वा कि जरा शिकायत आई है ठीक है ये मेरी मुगलिया खानदान च मुगलिया दरबार च इल्जाम जो लगा ना मुलजम भौंका मुलजम नहीं तू मुलजम थोड़ा डर होंगे मेरे इल्जाम लगा मर्जी कह रहे इल्जाम आप पर ये है अब्दुल कुद्दूस ने मुकद्दस
ਜਿਹੜੇ ਖਰਾਬ ਪਤਾ। ਅੱਛਾ ਜੀ ਭੈਣ ਗੱਲ ਸਿੱਧਾ ਜਿਹੜਾ ਨਾ, ਆਰਾਮ ਨਾਲ ਬੈਠੋ, ਮੁਲਜ਼ਮ ਬਣ ਕੇ ਬੈਠੋ, ਸਮਝ ਆਈ ਨਾ ਗੱਲ? ਇਹ ਹੈ ਕਿ ਤੁਹਾਡੇ 'ਤੇ ਇਲਜ਼ਾਮ ਆ ਫਰੀਦ ਸਾਬਰੀ ਸਾਹਿਬ, ਵਲਦ ਕੀ ਸੀ, ਨੂਰ ਮੁਹੰਮਦ ਵਲਦ ਇਸ ਤਰ੍ਹਾਂ ਦੇ ਨਾਮ ਸੀ, ਅਬਦੁਲ ਨੂਰ ਨਹੀਂ, ਕੀ ਨਾਮ ਸੀ, ਮੁਰਾਦ ਅਲੀ, ਮੁਰਾਦ ਅਲੀ, ਸੋਰੀ, ਫਰੀਦ ਸਾਬਰੀ, ਵਲਦ ਮੁਰਾਦ ਅਲੀ ਸਾਹਿਬ, ਕੌਮ ਸਕਨਾ, ਸਕਨਾ ਕੌਮ ਸਕਨਾ, ਸ਼ੇਖ ਨੰਬਰ 9 ਜਨਾਬੇ, ਠੀਕ ਹੈ ਜੀ, ਗਲੀ ਸੜੀ ਕਮਾਲਾਬਾਦ, ਮੁਹੱਲਾ ਸ਼ੇਖ, ਮੁਹੱਲਾ ਸ਼ੇਖ ਜਨਾਬ, ਇਲਜ਼ਾਮ ਤੁਹਾਡੇ 'ਤੇ ਇਹ ਹੈ ਕਿ ਤੁਸੀਂ ਬਰਹਮਾ ਸਰੇਆਮ ਮਹਿਫਲਾਂ 'ਚ ਬਾਹਰ ਅੰਦਰ ਇਹ ਕਹਿੰਦੇ ਫਿਰਦੇ ਹੋ ਕਿ ਫਰੀਦ ਸਾਬਰੀ ਇੱਕ ਫਿੱਕਾ ਆਰਟਿਸਟ, ਇਹ ਤੁਹਾਡੇ 'ਤੇ ਇਲਜ਼ਾਮ ਆ, ਤੁਸੀਂ ਇਹਨੂੰ ਸਾਬਤ ਕਰ ਸਕਦੇ ਕਿ ਮੈਂ ਨਹੀਂ ਕਿਹਾ, ਪਹਿਲੇ ਸੁਣ ਲਓ ਤਾਂ ਮੰਨਣਾ, ਠੀਕ ਹੈ, ਐਡੇ ਆਪ ਉਧਰੇ ਮੁਲਜ਼ਮ ਨਹੀਂ ਬਣੀ ਜਾਂਦਾ। ਅੱਛਾ ਰਿਐਕਟ ਵੀ ਨਹੀਂ, ਤੁਸੀਂ ਰਿਐਕਟ ਸੋਚੋ ਬਸ ਕਿ ਤੁਸੀਂ ਕਿਹਾ ਕਿ ਨਹੀਂ, ਇਹ ਤੁਹਾਡੇ ਦਾ ਇਲਜ਼ਾਮ ਆ, ਔਰ ਇਹ ਜਾ ਬਜਾ ਜਾ ਕੇ ਇੱਧਰ ਉੱਧਰ ਲੋਕਾਂ ਦੇ ਜਿਹੜੇ ਲੋਕਾਂ ਨੂੰ ਕਹਿੰਦਾ ਕਿ ਜੀ ਫਰੀਦ ਸਾਬਰੀ ਫਿੱਕਾ ਆਰਟਿਸਟ ਆ, ਟਗੇ ਦਾ ਆਰਟਿਸਟ ਨਹੀਂ, ਜੇ ਇਸ ਤਰ੍ਹਾਂ ਦੀ ਕਾਫੀ ਬਦਖੋਈਆਂ ਕੀਤੀਆਂ। ਸ਼ੁਕਰ ਕਿਉਂ ਜੀ, ਇਹੀ ਗੱਲ ਹੈ ਜੀ, ਸ਼ੁਕਰ ਜੀ, ਇਹ ਹਾਲੇ ਉਹ ਨਾਲੇ ਵੀ ਕਹਿ ਰਿਹਾ ਕਿ ਮੈਂ ਹਾਲੇ ਤੁਹਾਨੂੰ ਘੱਟ ਦੱਸਿਆ ਜੀ, ਠੀਕ ਹੈ ਜੀ, ਅਤੇ ਹੁਣ ਤੁਸੀਂ ਆਪਣੀ ਸਫਾਈ 'ਚ ਪੇਸ਼ ਕਰੋ। ਇਹ ਜੱਜ ਸਾਹਿਬ ਬੈਠੇ ਨੇ, ਜੱਜ ਸਾਹਿਬ ਇਹਨੇ, ਮੈਂ ਵਾਂ ਉਹ ਦਰਮਿਆਨ 'ਚ, ਮੈਂ ਇਹਨਾਂ ਨੂੰ ਦੱਸਣਾ ਕਿ ਮਿਲੋਟ ਯੇ ਇਸ ਤਰ੍ਹਾਂ, ਇਹ ਹੱਤਮੀ ਫੈਸਲਾ ਇਹਨਾਂ ਨੇ ਸੁਣਾਉਣਾ ਜੀ, ਆਪਣੀ ਆਪ ਸਫਾਈ 'ਚ ਪੇਸ਼ ਕਰੋ, ਕੀ ਕਰਦੇ? ਮੈਂ ਤਾਂ ਇਹ ਨਹੀਂ ਸਮਝ ਆ ਰਿਹਾ, ਮੈਂ ਮੁੱਕੀ ਮਾਰਨੀ ਜੇ ਝੂਠ ਬੋਲਦਾ। ਤੁਸੀਂ ਜੱਜ ਹੋ ਜੀ, ਚੱਲ ਕਹਿ ਜ਼ਰਾ ਕਿਉਂ ਕਿਹਾ? ਨਹੀਂ ਨਹੀਂ, ਪਹਿਲੇ ਸਾਬਤ ਹੋ ਲੈਂਦੇ ਹੋ ਜਾਈ ਸਾਹਿਬ, ਠਹਿਰੋ ਤੁਸੀਂ। ਮੈਂ ਨਹੀਂ ਕਿਸੇ ਨੂੰ ਕਿਹਾ ਜੀ। ਨਹੀਂ ਨਹੀਂ, ਪ੍ਰੂਫ ਦਿਓ ਇਹਨੇ ਕਿਹਾ ਹੋਣਾ। ਜਾਈ ਸਾਹਿਬ ਤੁਸੀਂ ਜਾਂ ਵਕੀਲ, ਵਕੀਲ ਮੈਂ, ਤੁਸੀਂ ਸਿਰਫ ਸੁਣਨਾ ਵਾ, ਤੁਸੀਂ ਸੁਣਨਾ ਕਿ ਕਿਆ ਕਿਹੜਾ ਕਿਹੜੇ ਬੰਦਾ ਲੱਗ ਰਿਹਾ ਕਿ ਇਹ ਸੱਚਾ ਵਾ। ਮੈਨੂੰ ਜਲਾਦ ਬਣਾਓ, ਠਹਿਰ, ਉਹ ਮੈਂ ਬਾਅਦ 'ਚ ਬਣ ਜਾ, ਤੁਸੀਂ ਆਪੇ ਹੀ ਇਹਨੂੰ ਫਾਂਸੀ ਦੇ ਕੇ ਬਾਅਦ 'ਚ ਜਲਾਦ ਵਾਲੇ ਕੱਪੜੇ ਪਾ ਲੈਣਾ, ਕੋਈ ਗੱਲ ਨਹੀਂ। ਜੱਜ ਸਾਹਿਬ ਇੰਨੇ ਕੁ, ਜਾਈ ਸਾਹਿਬ ਇਹ ਨੇ ਜੋ ਭਾਜੀ ਤੁਸੀਂ ਇੰਨੇ ਕਿ ਵਕੂਏ ਤਾਂ ਬਣਦੀ ਫਾਂਸੀ। ਸਰ ਦੇਖੋ ਨਾ, ਚਲੋ ਫਾਂਸੀ ਨਹੀਂ, ਇੱਕ ਮਿਸਾਲ ਆ, ਇਹ ਚੁੰਡੀ ਵੜ ਦਿੰਦੇ, 10 ਕੋੜੇ, 10 ਕੋੜੇ ਮਾਰੇ, 1 ਕੋੜਾ ਫਿੱਕਾ, ਉਹੀ ਕਰਮਾ ਵਾਲ। ਚਲੋ ਤੁਸੀਂ ਸਾਬਤ ਕਰਨਾ, ਇਹ ਨਹੀਂ ਕਹਿਣਾ ਕਿ ਮੈਂ ਨਹੀਂ ਕਿਹਾ, ਸਾਬਤ ਕਰਨਾ ਕਿ ਕਿਹਦੇ ਸਾਹਮਣੇ ਕਿਹਾ, ਤੂੰ ਕਿੱਦਾਂ ਕਿਹਾ? ਮੇਰੇ ਸਾਹਮਣੇ ਕਿਹਾ ਇਹਨੇ, ਮੈਂ ਆਪ ਇਹਨੂੰ ਕਿਸੇ ਤਰੀਕੇ ਨਾਲ ਮੈਂ ਤਾਂ ਸੁੱਟ ਦਿਆ। ਕੋੜੇ ਨੂੰ ਤੇਲ ਲਾ ਬੈਠੇ ਤੇ ਉਹਨਾਂ ਨੂੰ ਇਹ ਵੀ ਕਿਸੇ ਨੂੰ ਮਾਰਨਾ, ਜੱਜ ਆਪੇ ਹੀ ਟੁੱਪੜਿਆ ਗਵਾ ਵੀ ਮੇਰੇ ਸਾਹਮਣੇ ਕਿਹਾ ਜੀ। ਯਾਰ ਇੱਕ ਮਿੰਟ, ਪਤਾ ਕੀ, ਅੱਜ ਕੱਲ੍ਹ ਜੱਜ ਲਾਈਵ ਜਾ ਰਹੇ ਨੇ ਸਾਰੇ ਤਮੀਜ਼ ਦੇ ਨਾਲ, ਸਰਪੰਚ ਵਾ ਮੈਂ, ਚਲੋ ਸਰਪੰਚ ਕਰ ਲਓ, ਜੱਜ ਭਾਈ ਆਨਰ ਹੈ ਸਾਡੀ ਸਰਪੰਚ ਸਾਹਿਬ, ਮੈਂ ਇਹੋ ਜਿਹਾ ਕੋਈ ਵਰਡ ਨਹੀਂ ਬੋਲਿਆ, ਫਰੀਦ ਸਾਬਰੀ ਬੈਠੇ, ਤੈਨੂੰ ਪਤਾ ਨਹੀਂ ਲੱਗਦਾ, ਤੂੰ ਕਹਿ ਦਿੰਦਾ ਇਹ, ਕਹਿ ਦਿੰਦਾ ਸਰਪੰਚ ਸਾਹਿਬ, ਤੁਸੀਂ ਫੈਸਲਾ ਕਰਨਾ ਵਾ, ਤੁਸੀਂ ਵਿੱਚ ਥੋੜਾ ਪਿੱਛੇ ਹੋ ਗਏ, ਨਾਲੇ ਬੈਠੋ ਇਹ ਬੰਦਿਆਂ ਨੂੰ ਇਹ ਕਿਹਾ ਪਹਿਲੇ ਦੱਸੋ ਇੱਕ ਮਜ਼ਲੂਮ ਦੇ ਕੋਲ ਕੀ ਪ੍ਰੂਫ ਆ ਕਿ ਇਹਨੇ ਬੰਦਿਆਂ ਨੂੰ ਇਹ ਕਿਹਾ ਪਹਿਲੇ ਦੱਸੋ ਇੱਕ ਮਜ਼ਲੂਮ ਦੇ ਕੋਲ ਕੀ ਪ੍ਰੂਫ ਆ ਕਿ ਇਹਨੇ ਬੰਦਿਆਂ ਨੂੰ ਇਹ ਕਿਹਾ ਪਹਿਲੇ ਦੱਸੋ ਇੱਕ ਮਜ਼ਲੂਮ ਦੇ ਕੋਲ ਕ
ਬਹੁਤ ਫਿੱਕਾ ਆਰਟਿਸਟ ਆ ਤੇ ਮੇਰੇ ਇਹਦੇ ਗਵਾਹਾਂ ਮੌਜੂਦ ਨੇ ਠੀਕ ਹੈ ਇਹ ਮੈਂ ਗਵਾਹਾਂ ਸਬੂਤ ਦੇ ਨਾਲ ਪੂਰੇ ਐਵੀਡੈਂਸ ਲੈ ਕੇ ਆਇਆ ਤੇ ਫਿਰ ਜਾ ਮੈਂ ਗੱਲ ਕਰ ਰਿਹਾ ਇਸ ਬੰਦੇ ਨੇ ਇਹ ਵੀ ਕਿਹਾ ਜੀ ਕਿ ਇਹ ਤੇ ਚੋਰੀ ਦੀ ਸ਼ਾਇਰੀ ਕਰਦਾ ਕਿਉਂ ਤੁਹਾਡੇ ਗਵਾਹਾਂ ਜਿਹੜੇ ਹੈ ਕਿੱਥੇ ਨੇ ਉਹ ਘਰੋਂ ਫੋਨ ਆਇਆ ਜਦੋਂ ਸਾਲਾ ਆਇਆ ਘਰ ਜਰਾ ਗਵਾਹ ਦਾ ਤੇ ਇੱਥੇ ਜਿਹੜੀ ਪੰਚਾਇਤ ਲੱਗੀ ਸਰਪੰਚ ਸਾਹਿਬ ਪਤਾ ਕਿੰਨੀ ਮੁਸ਼ਕਲ ਟਾਈਮ ਕੱਢ ਕੇ ਆਏ ਨੇ ਸਰਪੰਚ ਸਾਹਿਬ ਕੋਲ ਤਾਂ ਟਾਈਮ ਹੀ ਨਹੀਂ ਹੁੰਦਾ ਮੈਂ ਤੁਹਾਡਾ ਕਰਕੇ ਤੇ ਮੈਂ ਉਹਨਾਂ ਨੂੰ ਬੁਲਾਇਆ ਔਰ ਪਿੱਛੇ ਪਤਾ ਨਹੀਂ ਕਿੰਨੀਆਂ ਪੰਚਾਇਤਾਂ ਹਲੇ ਪਈਆਂ ਨੇ ਕਰੋੜਾਂ ਰੁਪਏ ਦੇ ਅਰਬਾਂ ਰੁਪਏ ਦੇ ਰੌਲੇ ਨੇ ਉਹ ਆ ਕੇ ਸਿਰਫ ਤੁਹਾਡੀ ਨਿੱਕੀ ਜਿਹੀ ਗੱਲ ਦੀ ਕਰਦੇ ਸਿਰਫ ਮੇਰੀ ਇੱਜ਼ਤ ਰੱਖਣ ਲਈ ਆਏ ਨੇ ਸਿਰਫ ਭਾਜੀ ਦੀ ਵਜ੍ਹਾ ਤੋਂ ਆਏ ਭਾਈ ਕੋਈ ਚਾਹ ਚੂ ਮੰਗਾ ਲੈਣ ਨੇ ਚਾਹ ਤੇ ਮੰਗਾ ਦੇਖਿਆ ਸਰਪੰਚ ਸਾਹਿਬ ਸਰਪੰਚ ਸਾਹਿਬ ਕਹਿ ਲੈਂਦਾ ਇੰਜਦਾ ਹੀ ਹੈ ਇਹਨੂੰ ਮੈਨੂੰ ਗੁੱਸਾ ਠਹਿਰ ਜਾਓ ਜੀ ਸਰ ਇੱਕ ਤਾਂ ਸਭ ਤੋਂ ਵੱਡੀ ਗੱਲ ਸੀ ਸੀ ਟੀ ਵੀ ਕੈਮਰਿਆਂ 'ਚ ਇਹਦੀ ਵੀ ਇਹਦੀ ਆਵਾਜ਼ ਆਈ ਠੀਕ ਹੈ ਉਹ ਵੀ ਮੇਰੇ ਕੋਲ ਰਿਕਾਰਡ ਪਿਆ ਦੂਸਰਾ ਇਹ ਇੱਕ ਗਵਾਹ
ਇਹਨੂੰ ਇਹਨੇ ਚਾਹ ਬਣਾਉਂਦਾ ਜਦੋਂ ਕੱਲ ਪਰਸੋਂ ਕਿਹਾ ਇੱਕ ਤੇ ਐ ਗਵਾ ਤੁਸੀਂ ਖਵਾਜਾ ਸਾਹਿਬ ਤੇ ਨਹੀਂ ਖਵਾਜਾ ਸਰਪੰਚ ਸਾਹਿਬ ਕੀ ਹੋ ਗਿਆ ਸਰਪੰਚ ਸਾਹਿਬ ਥੋੜੇ ਯੈਲਾ ਟੈਪ ਵੀ ਏਦਾਂ ਦਾ ਸਰਪੰਚ ਇੰਨੀ ਰੋਟੀ ਖਾਂਦਾ ਉਹ ਗੱਲ ਤਾਂ ਬੁਲਾਉਂਦੇ ਨਹੀਂ ਨਹੀਂ ਸਰਪੰਚ ਸਾਹਿਬ ਫੈਸਲਾ ਪੂਰਾ ਸੁਣਦੇ ਇਹਨਾਂ ਦਾ ਇੱਕ ਸਟਾਈਲ ਆ ਇਹ ਇੰਜ ਲੱਗਦਾ ਕਿ ਜਿਵੇਂ ਨਾ ਯੈਲੇ ਟੈਪ ਨੇ ਲੇਕਿਨ ਅੰਦਰੋਂ ਪੂਰਾ ਸੁਣ ਕੇ ਕੈਲਕੂਲੇਟ ਕਰਕੇ ਇਹਨਾਂ ਦਾ ਪਰਫੈਕਟ ਫੈਸਲਾ ਸੁਣਾਉਂਦੇ ਵੇਖੀ ਤੂੰ ਜੀ ਦੂਸਰਾ ਗਵਾਹ ਮੇਰਾ ਡੌਨ ਜੀ ਜਿਹੜਾ ਗਵਾਹ ਤੁਹਾਡਾ ਡੌਨ ਆ ਉਹਨੇ ਕੀ ਸਟੈਂਡ ਲੈਣਾ ਤੁਸੀਂ ਅੱਧੀ ਗਵਾਹੀ ਲੈ ਲਓ ਅੱਛਾ ਚਲੋ ਠੀਕ ਠੀਕ ਹੈ ਜੀ ਨਹੀਂ ਨਹੀਂ ਦੋ ਡੌਨਾਂ ਦੀ ਇੱਕ ਗਵਾਹੀ ਹੁੰਦੀ ਹੈ ਹਾਂਜੀ ਜੀ ਇੱਕ ਹੈ ਵਾ ਇੱਕ ਡੌਨ ਆ ਠੀਕ ਹੈ ਜੀ ਇਹ ਵੀ ਪੂਰਾ ਪੂਰਾ ਹੀ ਤੇ ਉਹ ਐਸਰੋ ਕੋ ਛੋਟਾ ਇਹ ਐਸਰੋ ਕੋ ਫੈਸਲਾ ਹੋ ਰਿਹਾ ਖੁਦਾ ਦਾ ਨਾਮ ਫੈਸਲਾ ਤੇ ਇੱਕ ਵਾਰੀ ਹੋ ਜੇ ਮੇਰੀ ਖਾਰਿਸ਼ ਹੋਣ ਦੀ ਆ ਤਾਂ ਠਹਿਰ ਜੋ ਇੱਕ ਮਿੰਟ ਕਿਤੇ ਮਤਲਬ ਲਾਓ ਕਿਤੇ ਮਾਰ ਓਏ ਸਰਪੰਚ ਸਾਹਿਬ ਨਾਲ ਡਾਇਰੈਕਟ ਗੱਲ ਨਹੀਂ ਕਰਨੀ ਡਾਇਰੈਕਟ ਗੱਲ ਨਹੀਂ ਕਰਨੀ ਤੈਨੂੰ ਸਰ ਜੀ ਨਾ ਤਾਂ ਮੈਂ ਇਹ ਲਫ਼ਜ਼ ਕਹੇ ਆ ਔਰ ਨਾ ਮੇਰੀ ਇੰਨੀ ਜ਼ੁਰਤ ਬਾ ਮੈਂ ਤਾਂ ਲੋਕਾਂ ਨੂੰ ਕਹਿੰਦਾ ਫਿਰਦਾ ਕਿ ਸ਼ਾਇਰੀ ਫਰੀਦਰ ਕੀ ਕੋਈ ਨਹੀਂ ਕਰ ਸਕਦਾ ਆ ਬਸ ਇਹੋ ਹੀ ਤਾਂ ਗੱਲ ਕੀਤੀ ਬਈ ਬਹਿਸ ਬਰਾਏ ਬਹਿਸ ਨਹੀਂ ਕਰਨੀ ਜੀ ਵੇਖਿਆ ਕੋਈ ਨਹੀਂ ਕਰ ਸਕਦਾ ਯਰ ਆਨਰ ਉਸ ਤੋਂ ਬਾਅਦ ਮੈਂ ਆਹ ਗੱਲ ਕਹੀ ਨਹੀਂ ਵਿੱਚ ਆਹ ਪਤਾ ਝੂਠ ਬੋਲਣ ਡਿਆ ਵਾ ਝੂਠ ਕਦੇ ਤੂੰ ਕਿਹਾ ਨਹੀਂ ਸ਼ਾਇਰੀ ਦਾ ਤੂੰ ਸੀ ਮੈਨੂੰ ਕਿਹਾ ਬਾਈ ਸਰਪੰਚ ਸਾਹਿਬ ਮੈਂ ਕਿਹੜੇ ਜ਼ਾਬ ਚ ਪੈ ਗਏ ਠਹਿਰ ਸਹੀ ਤੁਸੀਂ ਅੱਛਾ ਕੀ ਰੌਲਾ ਕੀ ਇਹਨਾਂ ਦਾ ਤੁਹਾਨੂੰ ਪਤਾ ਕੀ ਚੱਲ ਰਿਹਾ ਉਦੋਂ ਦਾ ਪਿਛਲੇ 10 ਮਿੰਟ ਤੋਂ ਕੀ ਰੌਲਾ ਇਹਨਾਂ ਦਾ ਰੌਲਾ ਜਿਹੜਾ ਚੱਲਣ ਡਿਆ ਕੀ ਫੈਸਲਾ ਹੋਣ ਦੇ ਇੱਕ ਵਾਰੀ ਨਹੀਂ ਨਹੀਂ ਕਿਸ ਚੀਜ਼ ਦਾ ਚੱਲਦੇ ਮੁਨਸਫੀ ਨਹੀਂ ਹੈ ਭਾਈ ਸਰਪੰਚ ਸਾਹਿਬ ਮੁਨਸਫੀ ਕਰਾਂਗੇ ਮੁਨਸਫੀ ਸੁਣੋ ਪਹਿਲੇ ਕੇਸ ਜੀ ਅੱਛਾ ਜੀ ਚਲੋ ਇੱਕ ਮਿਸਾਲ ਆ ਤੁਸੀਂ ਕਹਿ ਵੀ ਦਿੱਤਾ ਕਿ ਫਿੱਕਾ ਵਾ ਨਹੀਂ ਇੱਕ ਮਿਸਾਲ ਤੇ ਤੁਸੀਂ ਕੋਈ ਦਲੀਲ ਦਿਓ ਵੀ ਇਹਦੀ ਕਿਹੜੀ ਗੱਲ ਐਸੀ ਜਿਹੜੀ ਤੁਹਾਨੂੰ ਯਾਦ ਹੋਵੇ ਜੀ ਇਹਨੇ ਸ਼ੋਅ ਚ ਕੀਤੀ ਸੀ ਫਿੱਕੀ ਗੱਲ ਕੀਤੀ ਚੱਲ ਦੱਸ ਇਹ ਤਾਂ ਹੁਣ ਤਪਾਉਣ ਵਾਲੀ ਗੱਲ ਅਗਲੇ ਬੰਦੇ ਨੂੰ ਅਗਲਾ ਬੰਦਾ ਹੋਰ ਭਾਰਾ ਵਕੀਲ ਕਰਕੇ ਮੈਨੂੰ ਥੱਲੇ ਲਿਆਊਗਾ ਨਹੀਂ ਤੁਹਾਨੂੰ ਲੱਗ ਰਿਹਾ ਫਿੱਕਾ ਵਾ ਸਰ ਨਹੀਂ ਵਿੱਚ ਹੁਣ ਵਿੱਚ ਵਿੱਚ ਤਾਂ ਹਰ ਬੰਦੇ ਕੋਲ ਗੱਲ ਫਿੱਕੀ ਹੋ ਜਾਂਦੀ ਅੰਦਰ ਵੀ ਅਗਰ ਮੈਂ ਹੁਣ ਕਿਸੇ ਨੂੰ ਕਹਿ ਦਿੱਤਾ ਵਾ ਜਾਂ ਲਫਜ ਮੂੰਹ ਚੋਂ ਨਿਕਲ ਗਿਆ ਮਤਲਬ ਇਹਦਾ ਵੀ ਫਿੱਕਾ ਵਾ ਫਿੱਕ ਉਹਦੀ ਇਹੀ ਤੇ ਕੇਸ ਚੱਲ ਰਿਹਾ ਇਹੀ ਕੇਸ ਚੱਲ ਰਿਹਾ ਏਦਾਂ ਦੇ ਇੱਕ ਮਿਸਾਲ ਆ ਕਤਲ ਦਾ ਕੇਸ ਵੀ ਚੱਲਦਾ ਹੋਵੇ ਤੇ ਮੁਲਜ਼ਮ ਕਹੇ ਓਹੋ ਮੈਂ ਕਿਹੜਾ ਜੀ ਪਹਿਲੇ ਵੀ ਬੰਦੇ ਮਾਰਦਾ ਰਿਹਾ ਇਹ ਤੇ ਐਵੇਂ ਬਸ ਮੈਂ ਨੰਗਲ ਲੱਗਾ ਤੇ ਉਹਨੇ ਏਦਾਂ ਕੀਤਾ ਤੇ ਮੈਂ ਮਾਰਤੀ ਉੱਥੇ ਇੱਕ ਦਾ ਬੰਦਾ ਇਹ ਚ ਕਿਹੜੀ ਗੱਲ ਸਰ ਮੈਂ ਤੂੰ ਕਿਉਂ ਹੋਣਾ ਤੈਨੂੰ ਨਹੀਂ ਪਤਾ ਲੱਗਦਾ ਮੇਰੀ ਸਰਪੰਚ ਸਾਹਿਬ ਪਾਣੀ ਪਿਲਾ ਦੇ ਇੱਕ ਮਿੰਟ ਸਰਪੰਚੂ ਖੈਰ ਵਿੱਚ ਗਲਾਸ ਹੀ ਮਾਰਨੇ ਮਿੱਟੇ ਦੇ ਅੱਛਾ ਉਹਨੇ ਤੈਅ ਕੀਤਾ ਵਾ ਕਿ ਇਹ ਮੁਲਜ਼ਮ ਆ ਮੁਜਰਮ ਆ ਉਹ ਕਹਿੰਦਾ ਮੈਂ ਵਿੱਚੋਂ ਵਿੱਚੋਂ ਕਹਿੰਦਾ ਮੈਂ ਵੀ ਕਿਸ ਟਾਈਮ ਹੋਈ ਨਹੀਂ ਕਹਿੰਦਾ ਵਿੱਚੋਂ ਵਿੱਚੋਂ ਵੇਖਦਾ ਗੰਦਾ ਚਲੋ ਜੀ ਸਰਪੰਚ ਸਾਹਿਬ ਤੁਸੀਂ ਹੁਣ ਨਾ ਬਿਲਕੁਲ ਠਹਿਰ ਜੋ ਜ਼ਰਾ ਜੀ ਸਰਪੰਚ ਸਾਹਿਬ ਨੂੰ ਰੋਕੋਗੇ ਇਹਨਾਂ ਵਾਸਤੇ ਤਾਂ ਦੁਰਾ ਮੰਗਾਉਣਾ ਅੱਛਾ ਚਲੋ ਦੱਸੋ ਨਾ ਚੱਲ 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 ਸਰ ਜੀ ਦੇਖੋ ਹੁਣ ਵਿੱਚ ਵਿੱਚ ਹੋ ਜਾਂਦੀ ਮੈਂ ਤਾਂ ਇਹੀ ਕਹਿ ਸੀ ਮੈਂ ਕਿਹਾ ਅੱਜ ਫਰੀਦ ਕੋ ਪਤਾ ਨਹੀਂ ਕਿੱਦਾਂ ਫਿੱਕੀ ਗੱਲ ਹੋ ਗਈ ਇਹ ਤੋਂ ਉਹ ਮਤਲਬ ਅੱਛਾ ਜਿਹੜਾ ਉਹਨੇ ਕਿਹਾ ਮਸ਼ਹਿਰਾ ਚੋਰੀ ਕਰਦਾ ਉਹ ਤੁਸੀਂ ਭਲਾ ਇਹੀ ਕਰ ਸਕਦਾ ਚੋਰੀ ਉਹ ਵੈਸੇ ਇੱਕ ਦਿਨ ਹਾਫਿਜ਼ ਸਾਹਿਬ ਦੀ ਕਾਪੀ ਕੀਤੀ ਮੈਂ ਕਿਹਾ ਇਹਨੇ ਹਾਫਿਜ਼ ਸਾਹਿਬ ਦਾ ਮਸ਼ਹਿਰਾ ਚੋਰੀ ਕੀਤਾ ਹੋਣਾ ਵਾ ਹਾਫਿਜ਼ ਸਾਹਿਬ ਨੇ ਲੈ ਕੇ ਤੁਹਾਨੂੰ ਇਹ ਗੱਲ
ਇਦਾਂ ਤੇ ਤੂੰ ਵੈਸੇ ਹੀ ਵੈਸੇ ਹੀ ਵੈਸੇ ਹੀ ਵੈਸੇ ਹੀ ਕਹਿ ਕੇ ਉਹਦਾ ਉਹਨੂੰ ਜੋ ਮਰਜ਼ੀ ਉਹ ਤਾਂ ਉਹਦੇ ਨਾਲ ਕਰੀ ਜਿਵੇਂ ਤੂੰ ਇਹੀ ਗੱਲ ਨਹੀਂ ਜੀ ਸਰਸਰੀ ਜੀ ਗੱਲ ਕੀਤੀ ਰੋਟੀ ਖਾਂਦੇ ਡੌਨ ਵੀ ਉੱਥੇ ਬੈਠਾ ਸੀਗਾ ਅੱਜ ਸਕੂਟਰ ਜੀ ਵੀ ਉੱਥੇ ਸੀ ਇਹਦੇ ਚ ਪੰਚਾਇਤ ਸਰਸਰੀ ਸੁਰਸਰੀ ਨਹੀਂ ਜਿਹੜੀ ਗੱਲ ਹੁੰਦੀ ਆ ਹੁੰਦੀ ਆ ਸਰਪੰਚ ਸਾਹਿਬ ਸਰਪੰਚ ਸਾਹਿਬ ਨੇ ਸਾਡੇ ਮੇਰਾ ਚੋਣਾ ਸਰਪੰਚ ਆ ਮੇਰਾ ਮੇਰਾ ਲਾਡਾ ਪਾਰਾ ਸਰਪੰਚ ਮੇਰੀ ਗੱਲ ਸਰਪੰਚੀਆਂ ਵਾ ਸਰਪੰਚੀਆਂ ਤੁਹਾਨੂੰ ਪਤਾ ਮੈਂ ਕਿੱਡੀ ਦੂਰੋਂ ਮੇਰਾ ਮੇਰਾ ਗੁਗਲੂ ਸਰਪੰਚੂ ਆ ਠੀਕ ਹੈ ਮੇਰਾ ਲਾਡਾ ਪਾਰਾ ਇਹ ਤਾਂ ਮੇਰਾ ਗੁਲਾਬ ਦਾ ਫੁੱਲੂ ਸਰਪੰਚੀ ਆ ਮੇਰੀ ਅਜੇ ਹੁਣ ਮੈਨੂੰ ਇਨਸਾਫ਼ ਕਰ ਲੈਣ ਦੇ ਯਾਨੀ ਕਿ ਤੂੰ ਨਹੀਂ ਗਿਆ ਨਿਕਲ ਗਿਆ ਨਿਕਲ ਗਿਆ ਉਹ ਮੈਨੂੰ ਹੁਣ ਲਟਕਾ ਦੂ ਨਹੀਂ ਉਹ ਗੱਲ ਉਹ ਕਰੀ ਉਹ ਕਰ ਲਾਂਗੇ ਤੁਸੀਂ ਇਹ ਦੱਸੋ ਮਸ਼ਹਿਰਾ ਤੁਸੀਂ ਕਿਹਾ ਜੀ ਚੋਰੀ ਕਰਕੇ ਲਿਖਦਾ ਉਹ ਸਰ ਮੈਂ ਨਹੀਂ ਕਿਹਾ ਵੀ ਚੋਰੀ ਕਰਕੇ ਲਿਖਦਾ ਮੈਂ ਕਿਹਾ ਜਿਹੜਾ ਮਸ਼ਹਿਰਾ ਨੇ ਹਾਫੀ ਸਾਹਿਬ ਨੂੰ ਨਕਲ ਕੀਤਾ ਨਾ ਮੈਂ ਕਿਹਾ ਇਹਨੇ ਹਾਫੀ ਸਾਹਿਬ ਦਾ ਚੋਰੀ ਕੀਤਾ ਹੋਣਾ ਵਾ ਇੱਕ ਮਿੰਟ ਸਰ ਮੈਂ ਇੱਥੇ ਥੋੜਾ ਜਿਹਾ ਆਬਜੈਕਸ਼ਨ ਮਿਲਾ ਜੀ ਹਾਫੀ ਸਾਹਿਬ ਦਾ ਜਦੋਂ ਮੈਂ ਮਸ਼ਹਿਰਾ ਲਿਖ ਰਿਹਾ ਸੀ ਇਹਨੇ ਉਸੇ ਟਾਈਮ ਹਾਫੀ ਨੂੰ ਵੋਇਸ ਮੈਸੇਜ ਕੀਤਾ ਇਹਨੇ ਕਿਹਾ ਜੀ ਹਾਫੀ ਸਾਹਿਬ ਤੁਹਾਡਾ ਮਸ਼ਹਿਰਾ ਚੋਰੀ ਹੋ ਰਿਹਾ ਉਹ ਇੱਕ ਮੁਰਲੀਧਰਨ ਭਾਈ ਕਿਹੜੇ ਸੀ ਉਹਨਾਂ ਨੂੰ ਇਹਨੇ ਜਾ ਕੇ ਮੈਸੇਜ ਦਿੱਤਾ ਕਹਿੰਦਾ ਜੀ ਤੁਹਾਡੇ ਕੋਲੋਂ ਤੁਹਾਡਾ ਕਲਾਮ ਚੋਰੀ ਕਰਕੇ ਫਰੀਦ ਸਾਹਿਬ ਹੀ ਲਿਖ ਰਿਹਾ ਬੰਦੇ ਮੇਰੇ ਮਗਰ ਲਾਏ ਬੰਦੇ ਮੇਰੇ ਮਗਰ ਲਾਏ ਗਏ ਮੇਰੇ ਘਰ ਤੱਕ ਲੋਕ ਰੋੜੇ ਸਰਪੰਚ ਸਾਹਿਬ ਮਗਰ ਨਹੀਂ ਸੀ ਲਾਇਆ ਮੈਂ ਸਿਰਫ ਇਹ ਕਿਹਾ ਸੀ ਮੈਂ ਕਿਹਾ ਤੁਸੀਂ ਉਹਨੂੰ ਆਪ ਦੱਸ ਦਿਓ ਜਿੰਨਾ ਅੱਛਾ ਉਹਨੂੰ ਤੁਹਾਨੂੰ ਕਾਪੀ ਕੀਤਾ ਵਾ ਉਹ ਦੱਸ ਦੇਣ ਵਾਸਤੇ ਕਿਤੋਂ ਨਾ ਕਿਤੋਂ ਤੇਰੇ ਚਿਹਰੇ ਤੇ ਮੁਨਾਫਕਤ ਝਲਕ ਰਹੀ ਕਿਉਂ ਸਰਪੰਚ ਸਾਹਿਬ ਸਰਪੰਚ ਸਰਪੰਚ ਠਹਿਰ ਜਾ ਸਰਪੰਚੂ ਠਹਿਰ ਸਰਪੰਚੜੇ ਸਬਰ ਕਰ ਲਾ ਤੈਨੂੰ ਦੋਵਾਂ ਚੋਂ ਕੌਣ ਲੱਗ ਰਿਹਾ ਸੱਚਾ ਦੋਵਾਂ ਚੋਂ ਝੂਠਾ ਕੌਣ ਝੂਠਾ ਕਿਸ ਤਰ੍ਹਾਂ ਤੁਸੀਂ ਇਹ ਫੈਸਲਾ ਕਰ ਲਿਆ ਮੈਂ ਇੱਕ ਦਿਨ ਕਿਹਾ ਮੈਂ ਕਿਹਾ ਮੈਨੂੰ ਰੋਟੀ ਖਵਾ ਕਹਿੰਦਾ ਮੈਂ ਨਹੀਂ ਘੁਮਾਉਣਾ ਇਹ ਝੂਠਾ ਇੱਕ ਨੰਬਰ ਦਾ ਇੱਕ ਨੰਬਰ ਸਰਪੰਚ ਨਾਲ ਤੇਰਾ ਪਹਿਲਾਂ ਵੀ ਤਲਕ ਆ ਇੱਕ ਤਾਂ ਬੁਰਕੀ ਦੇ ਤਲਕ ਸੀ ਜੀ ਉਹ ਖਰਾਬ ਕਰ ਲਿਆ ਮੈਂ ਬਸ ਸਰਪੰਚ ਨੇ ਪਿਛਲੀ ਵਾਰੀ ਦਾ ਤੇ ਕਿੜ ਕੱਢਣੀ ਮੈਨੂੰ ਲੱਗਦਾ ਤੂੰ ਸਰਪੰਚ ਦਾ ਫੀਡਰ ਚੁੱਕ ਕੇ ਵੀ ਦੌੜਿਆ ਭਾਜੀ ਕਿੱਥੋਂ ਸਰਪੰਚ ਤੁਸੀਂ ਫੜਿਆ ਕੋਈ ਸਰਪੰਚ ਦੇ ਪਾਏ ਦਾ ਲੈ ਕੇ ਹਾਲਾਂਕਿ ਮੈਂ ਸੁਣ ਨਹੀਂ ਰਿਹਾ ਫੈਸਲਾ ਮੇਰੇ ਭਾਈ ਨੇ ਤੂੰ ਮੁਜਰਮ ਆ ਤੂੰ ਮੁਜਰਮ ਆ ਸਰਪੰਚ ਸਾਹਿਬ ਨੇ ਦੇਖੀਦਾ ਹੁੰਦਾ ਵਾ ਯਾਰ ਸਰਪੰਚ ਜਦੋਂ ਵੱਡਾ ਹੋਊਗਾ ਉਹਨੂੰ ਆਪੇ ਸਮਝ ਆ ਜਾਊਗਾ ਹਲੇ ਸਿੱਖ ਰਿਹਾ ਵਾ ਹੁਣ ਕਹਿੰਦਾ ਪਾਂਡੀਆਂ ਸਰਪੰਚੀ ਸਿੱਖ ਰਿਹਾ ਹਲੇ ਜੀ ਤੁਸੀਂ ਦੱਸੋ ਜੀ ਤੁਹਾਡੇ ਹਿਸਾਬ ਨਾਲ ਇਹ ਮੁਜਰਮ ਆ ਜੀ ਆਏ ਮੇਰੇ ਭਰਾ ਇਹ ਸ਼ੇਰ ਵੰਡਦਾ ਹਾਂਜੀ ਉਹ ਸਰਪੰਚ ਨੂੰ ਪੁੱਛ ਲਓ ਜਿਹੜਾ ਕੋਈ ਕਹਿ ਦੇਵੇ ਉਹਨੂੰ ਗਦਲਾਂ ਦੇ ਦਿੰਦਾ ਆ ਇਹ ਕਿੱਦਾਂ ਚੋਰੀ ਕਰ ਸਕਦਾ ਮੈਨੂੰ ਦੱਸ ਮੇਰੀ ਸੁਣ ਲਾ ਗੱਲ ਉਹ ਕਿਸੇ ਟਾਈਮ ਬੰਦੇ ਦਾ ਨਹੀਂ ਦਿਮਾਗ ਚੱਲਦਾ ਦਿਮਾਗ ਚੱਲਦਾ ਉਹਦਾ ਹਾਂਜੀ ਤੂੰ ਅੰਦਰੋਂ ਨਹੀਂ ਠੀਕ ਹੈ ਸਰਪੰਚ ਭਾਈ ਹੁਣ ਤਾਂ ਉਸਤਾਦ ਜੀ ਕੋ ਬਹਿ ਕੇ ਆਂਦੋ ਵੀ ਥੋੜੀ ਸਹੀ ਅੰਦਰੋਂ ਨਹੀਂ ਚਲੋ ਜੀ ਇੱਕ ਮਿੰਟ ਜੀ ਅਸੀਂ ਇਦਾਂ ਕਰਦੇ ਆ ਅਸੀਂ ਦੋਵਾਂ ਦਾ ਹੁਣੇ ਲਾਈਵ ਮੁਕਾਬਲਾ ਕਰਾਉਨੇ ਆ ਕਾਹਦਾ ਆਪਸ ਵਿੱਚ ਦੇਖ ਹੁਣੇ ਪਤਾ ਲੱਗ ਜਾਏਗਾ ਕਿ ਦੁੱਧ ਦਾ ਦੁੱਧ ਤੇ ਫੇਕਿਆ ਨਾ ਫੇਕਾ ਚੱਲ ਚਲੋ ਲੋ ਜੀ 1 2 ਅੱਛਾ ਟੌਪਿਕ ਇਹ ਹੈ ਜੀ ਚੜ ਕੇ ਠਹਿਰ ਜਾ ਤੁਸੀਂ ਨਹੀਂ ਬੋਲਣਾ ਇਹਨਾਂ ਦੋਵਾਂ ਨਾਲ ਤੁਸੀਂ ਜੁਗਤਾਂ ਕਰਨੀਆਂ ਨੇ ਇੱਕ ਦੂਜੇ ਨੂੰ ਜਾਂ ਗੱਲਾਂ ਕਰਨੀਆਂ ਨੇ ਪੰਜ ਤੋਂ ਕਰਨੀਆਂ ਪੰਜ ਤੋਂ ਕਰੀ ਜਾਂ ਕਰੀ ਜੋ ਅਸੀਂ ਦੇਖਾਂਗੇ ਵੀ ਕੌਣ ਠੀਕ ਆ ਚਲੋ ਜੀ 1 2 3 ਚਲੋ ਗੋਡੇ ਤੋਂ ਨੱਕ ਲੱਗਾ ਹੁੰਦਾ ਜੀ ਹਾਂਜੀ ਇਹਨੇ ਕੱਲ ਜਿੰਦਾ ਵਨ ਟੂ ਫਾਈਵ ਗੁਆਚਿਆ ਹੁੰਦਾ ਹਾਂਜੀ ਇਹਦੇ ਕਰਕੇ ਬੰਦੇ ਨੂੰ ਦੂਜੀ ਵਾਰੀ ਕੋਈ ਘਰੋਂ ਸਾਲਣ ਨਹੀਂ ਦਿੰਦਾ ਮੇਰੀ ਇੱਜ਼ਤ ਕਰਨੀ ਇਤਜਾਜ ਕਰਾਂਗੇ ਗੱਲ ਹੈ ਨਹੀਂ ਕਿਹਾ ਨਾ ਮੈਂ ਤੁਹਾਡੇ ਨਾਲ
ਉਸਤਾਦ ਜੀ ਨੂੰ ਨਾਲ ਰਲਾ ਲੈ, ਇੱਧਰ ਅਸੀਂ ਤਿੰਨੋ ਹੀ ਜਾਂਦੇ ਹਾਂ, ਤੁਸੀਂ ਦੋਵੇਂ ਹੋਈ ਹੋ, ਕਿਤੇ ਭੁਲੇਖੇ ਜੇ ਨਾ ਰਹੀ। ਪੂਰੀ ਦੁਨੀਆਂ ਚ ਸਟੇਜ ਜਿੰਨੇ ਨੇ ਸਟੇਜਾਂ ਤੇ ਇੱਕੋ ਡਰਾਮਾ ਚਾਲੀ ਚਾਲੀ ਦਿਨ ਵੀਹ ਸਾਲ ਚੱਲਦਾ ਰਿਹਾ, ਚਾਰ ਚਾਰ ਸਾਲ ਡਰਾਮੇ ਚੱਲੇ, ਕਰੋੜ ਸਾਲ ਚੱਲੇ, ਦੂਜੀ ਵਾਰੀ ਸਾਲਣ ਵਾਲੇ ਵਾਲੀ ਗੱਲ ਨੀ ਕਰਨੀ। ਖੁਦਾ ਦਾ ਤੂੰ ਸੁਣਾ ਸੀ ਕਾਟਾ, ਮੇਰੀ ਛੇੜ ਆ ਯਾਰ, ਰੋਮੀਓ ਜੂਲੀਅਟ ਦੇ ਵਿੱਚ ਕੀਤਾ ਸੀ। ਇਹ ਕਿਹੜੀ ਗੱਲ ਹੋਈ ਯਾਰ, ਦੂਸਰੀ ਵਾਰੀ ਸਾਲ ਨਹੀਂ ਮਿਲਦਾ, ਇੱਕ ਜੈਨਰ ਜੁਗਤ ਹੈ, ਇਹ ਤੇ ਤੁਹਾਸਾ ਹੋਣਾ ਚਾਹੀਦਾ ਵਾ ਕਿ ਯਾਰ ਇੱਕ ਬੰਦਾ ਪੈਂਟ ਕੋਟ ਪਾ ਕੇ ਬੈਠਾ ਤੇ ਉਹਨੂੰ ਕਹਿੰਦਾ ਬੰਦਾ ਕਿ ਯਾਰ 20 ਰੁਪਏ ਦੇ ਉਹਨੇ, ਕਿ ਤੂੰ ਇਹਨੂੰ ਇਹਨੇ ਕਿੱਥੋਂ ਦੇਣਾ, ਇਹਨੂੰ ਤੂੰ ਦੂਜੀ ਵਾਰੀ ਘਰੋਂ ਸਾਲ ਬੰਸ ਕਰਦੇ। ਤੈਨੂੰ ਮੈਂ ਕਹਿੰਦੇ ਆ ਜੂਲੀਅਟ ਨੇ ਕਿਹਾ ਸੀ ਲੰਚ ਟਾਈਮ ਇਜ਼ ਨਾਟ ਅਵੇਲੇਬਲ ਅਗੇਨ, ਕਿ ਦੂਸਰੀ ਵਾਰੀ ਸਾਲਨ ਨਹੀਂ ਮਿਲਣਾ। ਅੱਛਾ ਯਾਰ ਬੰਸ ਕਰੋ ਯਾਰ, ਟਾਪਿਕ ਨੂੰ ਹੋਰ ਨਹੀਂ, ਬੜਾ ਤੇਰਾ ਛੋਟੇ ਖੋਤੇ ਵਰਗਾ ਮੂੰਹ ਹੈ, ਹੈ ਗੱਲਾਂ ਕਰਨ ਡਿਆ ਤੂੰ। ਖੋਤਾ ਆਪ ਦੱਸਣ ਡਿਆ। ਸਰਪੰਚ ਸਾਹਿਬ ਨੂੰ ਸਮਝਾ ਕੇ ਲਿਆਉਣਾ ਸੀ ਕਿਹੜਾ ਫੈਸਲਾ ਹੋ ਰਿਹਾ। ਮੈਂ ਸ਼ੁਰੂ ਹੱਲ ਸਿੱਖ ਰਿਹਾ, ਲੇਟਣਾ ਕੀ ਜਨਰੇਟਰ ਸਟਾਰਟ ਹੋਣ ਦਾ ਸੱਪ ਤੇ ਬੋਰ ਆਈ ਹੁੰਦੀ ਸਟੈਚੂ ਕੋ ਭਾਣ ਲਈ ਹੁੰਦੀ। ਜਾਓ ਜੀ ਜਾਓ, ਪਿੱਛੇ ਚੱਲੋ, ਆ ਜੀ ਜਗਾ ਬੜੀ ਹੈ, ਪਿੱਛੇ ਚੱਲੋ, ਸਾਰ ਸਭ ਬਾਜੀ ਸਫਾਈ ਦੇਖ ਲੈ, ਸਭ ਕੋ ਭਾਣ ਲਈ ਹੁੰਦੀ। ਸਾਡੀ ਮੈਨੂੰ ਲੱਗਦਾ ਇੱਕ ਤੀਸਰਾ ਬੰਦਾ ਲੈ ਗਿਆ ਜਿੰਨੇ ਇਲਜ਼ਾਮ ਲਾਇਆ ਹੋਵੇਗੇ, ਦੋਵੇਂ ਹੀ ਟਿੱਕੇ ਨੇ ਹਣਾ ਸਰਪੰਚਾ ਹਣਾ ਯਾਰ, ਤੇਰੇ ਨੂੰ ਆਪਾਂ ਜੁੱਪੇ ਕਰੀਏ ਰਨ, ਓਏ ਤੁਹਾਡੇ ਨਾਲ ਤਾਂ ਅਸੀਂ ਸਹੀ ਆ। ਹਾਂਜੀ ਖੋਤਾ ਭਜਾਇਆ ਹੁੰਦਾ, ਬਸ ਕਰ ਕਿਉਂ ਭਜ, ਓਏ ਚੂਚੇ ਦਾ ਵਾਈਟ ਰੱਖਿਆ ਹੁੰਦਾ, ਓਏ ਪੰਪ ਦੇ ਪ੍ਰਾਹੁਣੇ ਸਵਾ ਹੁੰਦੇ, ਚੱਲ ਜਾ ਓਏ ਓਏ ਜਿੰਨੂ ਕੋ ਭਾਣ ਲਿਆ ਹੁੰਦਾ, ਦਸਤਾਨੇ ਦੇ ਕੇ ਮਟਰ ਲਾਇਆ ਹੁੰਦਾ, ਸਭ ਤੋਂ ਜੀ ਮੈਂ ਕਰੂੰਗਾ, ਧੁੱਪ ਚ ਨਹਾਤਾ ਹੁੰਦਾ, ਓਏ ਮਰੇ ਕਬੂਤਰ ਨੇ ਕਾਉਂਟਰ ਸਾਫ ਕੀਤਾ, ਦਾਦੀ ਦਾ ਵਨ ਟੂ ਫਾਈਵ ਹੁੰਦਾ, ਓਏ ਬੱਕਰੀ ਦੇ ਭਾਵੇਂ ਨਾਲ ਸੈਰ ਕੀਤੇ ਹੁੰਦੇ, ਓਏ ਓਏ ਸਹੁਰੇ ਕੋ ਪਾਨ ਮੰਗਾਏ ਹੁੰਦੇ, ਇੱਕ ਜਗ੍ਹਾ ਖਲੋਤਾ ਹੋਈ ਜਾਣਾ, ਮੈਂ ਕੀ ਇੱਕ ਤਾਂ ਕਬੂਤਰ ਕੋਈ ਧੋਦੇ ਛੱਡਾ ਵਾ ਇੱਕ ਬੰਦੇ ਦੀਆਂ ਅੱਖਾਂ ਪੀਲੀਆਂ ਹੋਈਆਂ, ਉਹਨੂੰ ਕਹਿੰਦਾ ਬੁਰਸ਼ ਨੀ ਕਰਦਾ ਉਹ ਦੰਦਾਂ ਨੇ, ਇੱਕ ਬੰਦੇ ਦੇ ਦੰਦ ਪੀਲੇ ਕਹਿੰਦਾ ਸੁਰਮਾ ਪਾਇਆ ਕਰ, ਛਾਵੇਂ ਛਤਰੀ ਲਈ ਹੁੰਦੀ ਹੈ, ਚੱਲ ਇੰਨੀ ਇਹਦੇ ਚਮਚੀ ਨਾਲ ਕਵਰ ਕੱਢੀ ਹੁੰਦੀ ਹੈ ਏ ਮੇਰੇ ਮੌਲਾ, ਕਈ ਨੇ ਚੋਰ ਵੱਡੇ ਹੁੰਦੇ ਹੈ ਯਾਰ। ਤੁਸੀਂ ਸਾਡੇ ਇੱਥੇ ਕਾਰਟਰ ਦੀਆਂ ਸਾਂਗਾਂ ਨਾ ਲਾਓ, ਕਿਹੜਾ ਕਿਹੜਾ ਜੀ, ਉਹ ਹੈਗਾ ਇੱਥੇ ਇੱਕ ਜਨਾਬ ਜੀ ਫੈਸਲ ਰਾਮੇ ਸਾਡਾ, ਹਾਂ ਉਹ ਮੈਂ ਤੈਨੂੰ ਕਹਿੰਦਾ ਸਰਪੰਚ ਸਾਹਿਬ ਠਹਿਰ ਜਾਓ, ਸਰਪੰਚ ਸਾਹਿਬ ਠਹਿਰ ਜਾਓ, ਨਹੀਂ ਵੈਸੇ ਉਸਤਾਦ ਜੀ ਇਹਦੀ ਬਣਦੀ ਨੀ ਗੱਲ ਕਿ ਤੁਸੀਂ ਦਫ਼ਤਰ ਚ ਕਰ ਲਿਆ, ਤੁਸੀਂ ਬਾਹਰ ਬੰਦਿਆਂ ਨੂੰ ਦੱਸਣ ਦੇ, ਚਲੋ ਜੇ ਮੈਂ ਬੈਨਰ ਵਿਕਣ ਡੇ ਬੜੇ ਈਦਗਾਹ ਵਿਕਣ ਡੇ।
बच्चा सुता पे अखा बंद करे मूह खुला रहा सरपंच देख लो इधर सस नू भी क्या की अपना सरपंच नू कुछ ना कह समझ आई ना मेरी हाथ दे के बुलाया मेरा 2600 लग रहा पिछले फैसले भी 2 शर्टा लै गया ऐसा तो सरपंच ना मुजरम कह जुत्ती नहीं मेरा विह जाना जुत्ती नहीं मेरा एंट्री चो गया तेन बहस करो मैं आगे फैसला करता ऐदा तो सरपंच पूरे पंचायत चादर लैके बैठा बाद चादर खोलता तो बिल्ली कुचड़ चुकी छनकने ते गाना गाया हुंदा सरपंच वेख लो पुल दे थले कपड़े बदले बदल गया भाई पुल दे थले बदल दी है लो पुल दे थले कपड़े बदले हुंदे इदां दा सरपंच ना मुजरम नूं कहणा मैं सजा नहीं देनी मैनूं घर लाउणा भरा ने सजा दे अत्तरां दी दुकान पाई अत्तरां च ट्राई रूम वी बनाया था तू पागल ना बंदा अत्तर दी दुकान बनाई वी ट्राई रूम बनाया भाई यार मेरे पूरा दौला खाएगा गल सी यार यार मेरा लाडा माडा वो तेरा मासूम हाल है यार तेनू की तकलीफ आरपंच बड़े बड़े फैसले करने सीखे ठीक है ना मेरे घर ने कहा पुत्र मेरा बचपन च मेरी अम्मी कहती मेरा पुत्र वड्डा होके फैसले करेगा मेरा मीटर वर्तन भाई ऐदा तो सरपंच कह उठता नहीं यार उन्हें दबका मारिया शलवार क्यों जलील कराने मेनू मैं जिथे लैके गया ना कसम अच्छा पता इन सारा ही मैनू सारा ही पता मैं चोरां दा पता इन पुछ के अगर किसी के घर च रात नू डकैती हुंदी है रात नू वड़ के डकैत चले जांदे डकैत फड़े जांदे है ते उहनां दी की सजा दस दसो की सजा उहनां दी किन्हां दी उहनां चोरां दी केड़े जिहड़े किसी के घर वड़ के ते डकैती करके चल जाण ते फड़े जांदे उहनां दी फड़े जाण ते उहनां दे किहड़ी दफा ते किन्नी सजा बणदी उहनां दी उहनां दे जिन्हां ने चोरी कीती हां रात नू उस सजा किन्नी बनती है पता वा ਉਹਨਾਂ ਦੇ ਨਿਲ ਨਹੀਂ ਪਤਾ ਮੈਨੂੰ ਕਦੋਂ ਪਤਾ
अगर किसी का कब्जा हो जाए जगह तो दस इन्हों जगह तक करो कब्जा सबर शुक्र ही करना पैना मेरे ख्याल नहीं है यार सरपंच वादू है क्या नहीं नहीं ओदा भाई मैं उनको केस पूछा केस तलाक तलूक दा अच्छा तलाक वाला करदा वा ओ जेड़ा उनको रिश्तेयां दा उनको की कहंदे ने डिवोर्स नहीं 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 फैमिली कोर्ट हां फैमिली कोर्ट फैमिली कोर्ट दा करदा अगर कोई नजायज किसी नु तलाक दे दंदा वा बगैर किसी गल तो हक मेर लख रुपया तलाक उस टाइम ही देना वा हक मेहर या निकाह ते ही देना वा या उधार करना बुढ़ी ना लख रुपया दे दिए रोटी बंदा करे थोड़ी सोनी सलामी तफीक सलामी दिलो सही मैं सारा पता वा मसलिया का ਤੁਸੀਂ ਦੱਸੋ ਅਗਰ ਅਗਰ ਬੈਰੀ ਜਹਾਜ਼ ਚ ਬਗੈਰ ਟਿਕਟ ਤੋਂ ਕੋਈ ਬੰਦਾ ਚੜ ਜਾਂਦਾ ਉਹ ਇੱਕ ਤਾਂ ਬੰਦੇ ਦੀ ਛੂਟ ਹੋਣੀ ਚਾਹੀਦੀ ਉਹਨੂੰ ਵਿਚਾਰੇ ਨੂੰ ਲੈ ਜਾਓ ਜਾਣਾ ਤੇ ਹੈਗਾ ਹੀ ਖਾਲੀ ਵੀ ਜਾਣਾ ਉਂਝ ਵੀ ਲੈ ਜਾਓ ਜੀ ਟ੍ਰੇਨ ਤੇ ਜਾਣੀ ਚਾਹੀਦੀ ਉਹ ਯਾਰ ਇਹਦੀ ਸਜ਼ਾ ਤੁਸੀਂ ਪੁੱਛੀ ਆ ਇਹ ਤੇ ਉਹਦੀ ਸਹੂਲਤ ਯਾਰ ਇਹ ਉਹਦੀ ਘੱਟ ਸਜ਼ਾ ਵਾ ਕੋਈ ਸਾਰਾ ਫੈਸਲਾ ਬਦੋ ਕਰਾਚੀ ਤੱਕ ਸ਼ਰਮਿੰਦਗਾ ਜਾਂ ਸ਼ਰਮਿੰਦਾ ਹੋ ਕੇ ਜਾਵੇ ਆਏ 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 ਲੁਕਦਾ ਫਿਰ ਕੇ ਜਾਵੇ ਟੀਟੀ ਐਡ ਹੋ ਜਾਵੇ ਉਹ ਐਡ ਨੂੰ ਨਿਕਲ ਜਾਵੇ ਇਹ ਤੇ ਸਾਰੀ ਰਾਤ ਦੀ ਸਜ਼ਾ ਸਰ ਟੀਟੀ ਬੈਰੀ ਜਹਾਜ਼ ਚ ਨਹੀਂ ਹੁੰਦਾ ਟ੍ਰੇਨ 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 छोटे का पता लग गया छोटे भरा का हक खा रहा छोटे पता लग गया पता गया सारे पिंड नूं पता लग गया तुहानूं भी पता लग गया यकीन भी हो गया वड्डा मन भी गया ओहदा की इलाज है छोटे जिथे मैं सिखाता फ्रॉड कर जांदा बाहर लैके जांदा जिहड़े धोखे ना पैलेस बुलांदे उन्हां ते वी उन्हां दी सजा की अल्लाह को पाउणगे फैसला
ਰੱਬ ਤੇ ਡੋਰੀਆਂ ਸਿੱਟੋ, ਕਸਮ ਦੀ ਗੱਲ ਆ। ਇਹ ਘੜੀ ਨੀ ਇਹਨਾਂ ਦੀ, ਇਹਨਾਂ ਨੂੰ ਕੀੜੇ ਪੈਣੇ ਆ ਜਿਹੜੇ ਇਮੋਸ਼ਨਲ ਬਲੈਕਮੇਲ ਕਰਦੇ ਆ, ਇਹਨਾਂ ਨੂੰ ਕੀੜੇ ਪੈਣੇ ਹੀ। ਉਹਨਾਂ ਦਾ ਵੀ ਜਿਹੜੇ ਕਹਿੰਦੇ ਨੇ ਨਾ ਕਿ ਫਾਜ਼ਲ ਮੁਸਤਫਾ ਸ਼ੋਅ ਪੇ ਆਪਕਾ ਨਾਮ ਨਿਕਲ ਆਇਆ ਹੈ, 10 ਲੱਖ ਦਾ ਨਾਮ ਆ ਤਾਂ 20,000 ਰੁਪਇਆ ਪਹਿਲੇ ਭੇਜੋ। ਇਹ ਵੀ ਬਲੈਕਮੇਲ ਕਰਦੇ ਇਮੋਸ਼ਨਲ। ਨਹੀਂ, ਉਹ ਕਹਿੰਦੇ ਨੇ ਪਹਿਲੇ ਇਸ ਨੰਬਰ ਤੇ ਕਾਲ ਕਰੋ। ਹਾਂਜੀ, ਆਓ ਇਹ ਕਹਿੰਦੇ ਆ ਨਾਮ ਹਾਸਲ ਕਰਨ ਲਈ ਜਿਹੜਾ ਤਰੀਕਾ ਨਾ ਉਹ ਜਾਣਨ ਲਈ ਇਸ ਨੰਬਰ ਤੇ ਕਾਲ ਕਰੋ, ਉਸ ਨੰਬਰ ਤੇ ਫਿਰ ਅੱਗੋਂ ਹੋਰ ਕਰੈਕਟ ਕਰਨਾ ਨੈਟਵਰਕ ਆ ਪੂਰਾ। ਸਰ ਜੀ ਮੇਰੀ ਹੋਈ ਗੱਲ ਫਾਜ਼ਲ ਮੁਸਤਫਾ ਸਾਹਿਬ ਨਾਲ, ਮੈਨੂੰ ਉਹਨਾਂ ਨੇ ਗੱਲ ਕੀਤੀ ਤੇ ਉਹ ਕਹਿੰਦੇ ਜੀ ਮੈਂ ਫਾਜ਼ਲ ਮੁਸਤਫਾ, ਮੈਂ ਕਿਹਾ ਮੈਨੂੰ ਵੀਡੀਓ ਕਾਲ, ਆਵਾਜ਼ ਉਸ ਤਰ੍ਹਾਂ ਦੀ ਸੀ ਸੇਮ, ਮੈਂ ਕਿਹਾ ਮੈਨੂੰ ਵੀਡੀਓ ਕਾਲ ਕਰ, ਕਹਿੰਦਾ ਜੀ ਤੈਨੂੰ ਯਕੀਨ ਨਹੀਂ ਤੇ ਰਹਿਣ ਦੇ, ਮੈਂ ਕਿਹਾ ਨਹੀਂ ਸਰ ਮੈਨੂੰ ਯਕੀਨ ਹੈ ਤੁਹਾਡੇ ਤੇ। ਇਹਨੇ ਵੀਡੀਓ ਕਾਲ ਕੀਤੀ ਕਿ ਫਾਜ਼ਲ ਮੁਸਤਫਾ ਹੈ, ਵੀਡੀਓ ਕਾਲ ਇੱਥੇ ਸਵਾਲ ਕੀ ਪੁੱਕ ਲਿਖਿਆ ਵੇ ਨਸੂਆ ਦਾ ਵੇ ਵੇ ਫਾਜ਼ਲ ਮੁਸਤਫਾ ਯਾਰ ਸੇਮ ਉਹਨਾਂ ਦੀ ਆਵਾਜ਼ ਫਾਜ਼ਲ ਮੁਸਤਫਾ ਸਾਹਿਬ ਦੀ। ਤੇ ਮੈਨੂੰ ਕਹਿੰਦੇ ਜੀ 20,000 ਰੁਪਇਆ ਇਸ ਨੰਬਰ ਪਰ ਜਮਾ ਕਰਾਣਾ ਹੋਊਗਾ, ਕੋਪਨ ਨਿਕਲਾ ਹੈ ਫੈਮਿਲੀ ਕੇ ਸਾਥ, ਕੌਣ ਸਾ ਗੋਲਡ ਵਾਲਾ ਖੇਲੇਂਗੇ ਜਾਂ ਦੂਸਰਾ ਖਾਨੋ ਵਾਲਾ, ਮੈਂ ਕਿਹਾ ਜੀ ਗੋਲਡ ਵਾਲਾ ਖੇਡਾਂਗੇ, ਇਸ ਲਈ ਇਤਨੀ ਐਂਟਰੀ ਹੈ, ਇਤਨੀ ਐਂਟਰੀ ਹੈ, ਇਤਨੀ ਐਂਟਰੀ ਹੈ, ਮੈਂ ਕਿਹਾ ਜੀ ਓਕੇ ਕਰੋ ਜੀ। ਉਹ ਤੇ ਆਪਣੇ ਸ਼ੋਅ ਚ ਕਹਿੰਦੇ ਕਿ ਯਾਰ ਇਦਾਂ ਦਾ ਫੇਕ ਮੈਸੇਜ ਤੋਂ ਬਚੋ, ਮੈਂ ਮੈਸੇਜ ਲੇਕਿਨ ਭਾਈ ਮੈਂ ਫਸ ਗਿਆ। ਲੇਕਿਨ ਉਹ ਤੇ ਉਹ ਕਿਹੜਾ ਓਰੀਜਨਲ ਹੋਣੇ ਆ, ਸਹੀ ਗੱਲ ਪਤਾ ਕੀ ਹੈ ਇਦਾਂ ਦਾ ਨਾ ਸਰਪੰਚ ਜਿਹੜਾ ਨਾ ਚੰਗੀ ਬੜੀ ਪੰਚਾਇਤ ਦੇ ਵਿੱਚ ਚੂਸਾ ਮੂਝ ਕੜ ਫੈਸਲਾ ਕਰਨ ਵਾਲਾ, 10 ਬੰਦੇ ਬੈਠੇ, ਇੱਕ ਬੰਦਾ ਕਹਿੰਦਾ ਜੀ ਮੈਂ ਵੱਡਾ, ਮੈਂ ਫੈਸਲਾ ਕਰ, ਮੈਟ੍ਰਿਕ ਪਾਸ ਨੂੰ ਫੈਸਲਾ ਕਰਨ ਵਾਲਾ ਜਿਹੜਾ ਨਾ ਉਹ। ਅੱਛਾ ਸਾਹਿਬ ਜੀ, ਕਈਆਂ ਪਿੰਡਾਂ ਦੇ ਸਰਪੰਚ ਚ ਬੜਾ ਹੁੰਦਾ ਵਾ, ਉਹਨੇ ਜੋ ਫੈਸਲਾ ਉਹ ਨੀ ਜਾਂਦੇ ਇਧਰ ਉਧਰ ਕਿਤੇ, ਉਹਨਾਂ ਨੇ ਹੀ ਫੈਸਲਾ ਕਰਨਾ, ਉਹਨਾਂ ਨੇ ਸਜ਼ਾ ਦੇਣੀ, ਉਹਨਾਂ ਨੇ ਸਾਰਾ ਹਿਸਾਬ ਕਿਤਾਬ ਲਾਉਣਾ। ਮੇਰੇ ਦਾਦਾ ਜੀ ਸਰਪੰਚ ਸਨ। ਅੱਛਾ ਜੀ, ਸੱਚੀ ਮੱਚੀ ਮੇਰੇ ਦਾਦਾ ਜੀ ਪੂਰੇ ਪਿੰਡ ਦੀ ਪੰਚਾਇਤ ਦੇ ਸਰਪੰਚ। ਇਹ ਲੇਟ ਹੋਏ ਨੇ ਕਾਫੀ, 40 ਮਿੰਟ ਦਾ ਪ੍ਰੋਗਰਾਮ ਹੋ ਗਿਆ, 15 ਮਿੰਟ ਦੇ ਹੋ ਜਾਣੇ ਚਾਹੀਦੇ ਸੀ ਤੁਹਾਡੇ ਦਾਦਾ ਜੀ ਸਰਪੰਚ। ਮੈਨੂੰ ਸਰਪੰਚ ਦਾ ਮਜ਼ਾ, ਸਰਪੰਚ ਦਾ ਉਹਨੇ ਜਿਹੜਾ ਜ਼ਿਲ੍ਹਾ ਗਾਜ਼ੀਆਬਾਦ ਫਿਲਮ, ਉਹਦੇ ਚ ਇੱਕ ਮੁੰਡਾ ਸਰਪੰਚ ਬਣਿਆ ਜੀ, ਉਹ ਜਿਹੜਾ ਵੱਡੇ ਵੱਡੇ ਵਾਲਾਂ ਵਾਲਾ ਵਾ ਤੇ ਉਹ ਗੱਡੀ ਤੇ ਜਾਂਦਾ, ਅੱਗੇ ਇੱਕ ਕਰੈਕਟਰ ਨਾ ਵਜਨ ਲੱਗਦਾ ਟਰੈਕਟਰ ਤੇ, ਉਹ ਉਤਰ ਕੇ ਉਹਨੂੰ ਚਪੇੜ ਮਾਰਦਾ, ਓਏ ਆਹੋ, ਉਹ ਕਹਿੰਦਾ ਮਜ਼ਾ ਨਹੀਂ ਆਇਆ, ਆਹੋ ਆਹੋ ਹੋਰ ਮਾਰ, ਕਹਿੰਦਾ ਹੋਰ ਮਾਰਤੀ ਨਾ ਤੇ ਮਰ ਜਾਏਗਾ, ਬਾਲੇ ਵਰਗਾ ਸਰੀਰ ਹੈ ਤੇਰਾ। ਯਾਰ ਉਹ ਜ਼ਿਲ੍ਹਾ ਗਾਜ਼ੀਆਬਾਦ ਫਿਲਮ ਸੀ ਉਹਦੀ। ਅੱਛੀ ਸਰਪੰਚ ਏਦਾਂ ਦਾ ਸਰਪੰਚ ਨਾ ਬੱਚੇ ਦਾ ਗੋਲਾ ਚੂਸ ਕੇ ਕਹੋ ਤੈਨੂੰ ਅੱਲਾ ਹੋਰ ਦੇ ਦੂਗਾ ਕੋਈ, ਏਦਾਂ ਦਾ ਸਰਪੰਚ ਉਹ ਟੋਕਨ ਲੈ ਕੇ ਨਾ ਕਰਕੇ ਵੇਖਣ ਦੇ ਹੁੰਦਾ ਕੀ ਲਿਖੇ ਨਿਕਲੇਗਾ, ਇਹੋ ਜਿਹਾ ਸਰਪੰਚ ਬੋਤਲ ਲੈ ਕੇ ਉਹਦਾ ਢੱਕਣ ਵੀ ਸੰਭਾਲ ਲੈਂਦਾ, ਉਹਦੇ ਅੰਦਰ ਨਹੀਂ ਸੀ ਨਿਕਲ ਦਿੰਦਾ। ਨਹੀਂ, ਉਹ ਇੱਕ ਟਾਈਮ ਸੀ ਬੋਤਲਾਂ ਦੇ ਢੱਕਣਾ ਨੇ ਅੰਦਰ ਨਾ, ਉਹਨਾਂ ਨੇ ਇੱਕ 5 ਗੇਮ ਰੱਖੀ ਹੁੰਦੀ ਸੀ, ਪਤਾ ਨਹੀਂ ਨੰਬਰ ਰੱਖਿਆ ਹੁੰਦਾ, ਵੱਡੀ ਬੋਤਲਾਂ ਨਿਕਲਦੀ ਸੀ ਸਾਰੀ ਕੋਕ, ਵੱਡੀ 1.5 ਲੀਟਰ ਮਿਲਦੀ ਸੀ, ਉਹਦੇ ਢੱਕਣ ਦੇ ਅੰਦਰ ਲਿਖੇ ਤੇ 5 ਰੁਪਏ ਨਾਮ। ਯਾਰ ਬੇਰੀ ਡੋਰ ਦੇ ਵਿੱਚ ਇੱਕ ਤਸਵੀਰ ਬਣਦੀ ਹੁੰਦੀ ਸੀ ਇਮਰਾਨ ਖਾਨ ਸਾਹਿਬ ਦੀ, ਗੇਂਦ ਫੜੀ ਹੋਈ ਉਹਨਾਂ ਨੇ ਇੰਜ ਕਰਕੇ ਪੱਟੀ ਬੰਨੀ ਹੈ। ਆਹੋ ਤੇ ਉਹ ਤੁਸੀਂ ਬਣਾਏ ਸੀ ਸਟicker ਲਾ ਕੇ 40 ਸ਼ੋਅਾਂ 'ਚ ਤੁਸੀਂ ਦੱਸਤਾ, 40 ਸ਼ੋਅਾਂ 'ਚ ਕੋ ਤਾਂ ਦੱਸਿਆ ਪਹਿਲੇ ਸ਼ੋਅ 'ਚ। ਆਹੋ ਹੁੰਦਾ ਸੀ ਸਟicker। ਅੱਛਾ ਉਹਦੇ ਫਿਰ ਹੋਰ ਕੰਮ ਹੁੰਦਾ ਸੀ, ਤੁਹਾਨੂੰ ਇਹ ਵੀ ਨਹੀਂ ਸੀ ਪਤਾ ਹੁੰਦਾ ਵੀ ਇਹਦੇ 'ਚੋਂ ਕਿਹੜਾ ਸਟicker ਨਿਕਲਣਾ। ਆਹਾਂ, ਇਹ ਤੁਸੀਂ ਲਈ ਜਾਣੇ ਤੇ ਤੁਸੀਂ ਉਹਦਾ 450 ਦੇ ਸਟicker ਲੈ ਕੇ ਤੇ ਤਸਵੀਰ ਪੂਰੀ ਕਰਕੇ ਤੇ ਫਿਰ ਤੁਹਾਨੂੰ ਉੱਥੋਂ ਕੋਈ ਬੱਲਾ ਮਿਲਦਾ ਹੁੰਦਾ, ਲੱਕੀ ਨੰਬਰ ਨਿਕਲਦਾ ਸੀ ਸਾਰਾ। ਨਹੀਂ, ਲੱਕੀ ਨੰਬਰ ਨਹੀਂ, ਉਹ ਬੱਲਾ ਤਸਵੀਰ ਪੂਰੀ ਕਰਕੇ ਬੱਲਾ ਜਾਂ ਗੇਂਦ ਮਿਲਦੀ, ਉਹਦੇ ਚ ਇੱਕ ਲੱਕੀ ਨੰਬਰ ਲਾਉਣਾ ਪੈਂਦਾ ਸੀ ਸਤਾ ਜੀ, ਉਹ ਨਹੀਂ ਸੀ। ਨਹੀਂ ਨਹੀਂ, ਤਸਵੀਰ ਪੂਰੀ ਕਰਨੀ ਹੁੰਦੀ ਸੀ ਯਾਰ, ਬਸ ਲੱਕੀ ਨੰਬਰ ਨਹੀਂ ਸੀ ਨਿਕਲਦਾ, ਲੈ ਗੱਟੀਆਂ ਕੀਤੀਆਂ ਆਹੋ, ਬਾਅਦ ਵਿੱਚ ਇਮਰਾਨ ਖਾਨ ਸਾਹਿਬ ਦੀ ਨਹੀਂ ਨਿਕਲਦੀ, ਬਹੁਤ ਹੀ ਔਰਤਾਂ ਦੀ ਨਿਕਲਦੀ, ਬਾਅਦ ਵਿੱਚ ਹਦੀਕਾ ਗਿਆ ਨਹੀਂ ਬਣ ਗਈ। ਨਹੀਂ, ਇਹਨੂੰ ਸਟicker ਸਾਰੇ ਸਹੀ ਮਿਲ ਗਏ ਸੀ, ਲੇਕਿਨ ਪੁੱਠੇ ਸਿੱਧੇ ਲਾ ਕੇ ਖਰਾਬ ਕਰਕੇ ਚਿੱਤਰਕਾਲੇ ਦੁਕਾਨਦਾਰ। ਉਹ ਬਰਾਂ ਸਾਹਿਬ ਇੰਜ ਕਰਕੇ ਗੇਂਦ ਨੂੰ ਕਰਨ ਦੇ, ਉਹ ਗੇਂਦ ਥੱਲੇ ਆ ਗਈ, ਇੱਥੇ ਉੱਤੇ ਜਾਂਦਾ। ਇਹਨਾਂ ਦਾ ਸਰਪੰਚ ਨਾ ਆਪਣਾ ਖਰਾਟਾ ਮਾਰ ਕੇ ਕਹੂਗਾ ਇੱਥੇ ਕੋਈ ਹੈਗਾ ਵਾ, ਕੋਈ ਹੈਗਾ ਵਾ, ਇਹੋ ਜਿਹੇ ਸਰਪੰਚ ਕੋਈ ਪੰਚਾਇਤ ਨਾ ਨਾ ਆਪ ਹੀ ਕੋਈ ਲੜਾਈ ਕਰਾ ਦੂ, ਦਿਲ ਹੀ ਲੱਗਣ ਦੇ। ਇਮਰਾਨ ਖਾਨ ਸਾਹਿਬ ਦੀ ਤਸਵੀਰ ਬਣਾ ਕੇ ਲੈ ਗਿਆ, ਸਟicker ਲਾ ਲੂ, ਉਹਨਾਂ ਨੂੰ ਕਹਿੰਦਾ ਦੇਖੋ ਤੇ ਪੁੱਟੇ ਸਿੱਧੇ ਲਾਏ, ਉਹ ਕਹਿੰਦਾ ਦੇਖੋ ਮੇਰੀ ਬਾਤ ਸੁਣੋ, ਮੇਰੀ ਤਾਂ ਯਾਪ ਕੋਈ ਨਹੀਂ, ਪੂਰਾ ਪਾਕਿਸਤਾਨ ਵਿੱਚ ਕੋਈ ਹੋ ਤਾਂ ਮੈਂ ਜਾਣਦਾ। ਅਜੇ ਸਰਪੰਚ ਨਾ ਤੇ ਕੇਸ ਆਇਆ, ਉਹਨਾਂ ਨੇ ਕਿਹਾ ਹਾਂ ਵੀ ਦੱਸੋ, ਉਹਨੇ ਕਿਹਾ ਚੋਰੀ ਸਾਹਿਬ ਤੁਹਾਡੇ ਹੀ ਮੁੰਡੇ ਨੇ ਮੱਝ ਚੋਰੀ ਕੀਤੀ ਹੈ।
ਇਹਨਾਂ ਦਾ ਸਰਪੰਚ ਕੋ ਨਵੀਂ ਡੱਬੀ ਸੀਟਾਂ ਦੀ ਜੇਬ ਚ ਹੁੰਦੀ ਫਿਰ ਅਗਲੇ ਨੂੰ ਕਹੂਗਾ ਉਹ ਪਿਆਜ ਪੇ ਫੜਾ ਰੋਜਾ ਬੰਦ ਹੋਣਾ ਪਿਆਜ ਪੇ ਤੂੰ ਆਪਣਾ ਲਾ ਯਾਰ ਇਹਨਾਂ ਦਾ ਸਰਪੰਚ ਨਾਲ ਪੰਚਾਇਤ ਬੰਦੇ ਨੂੰ ਕਹਿੰਦੇ ਹੁੰਦੇ ਯਾਰ ਫੋਨ ਕਰਾਈ ਘਰ ਕੌਣ ਹੈ ਤੂੰ ਘਰ ਗਾ ਇਹਨਾਂ ਦਾ ਸਰਪੰਚ ਮੁਜਰਮ ਨੂੰ ਕਹਿਣਾ ਕੀ ਪਕਾ ਤੇ ਲੋਏ ਹੈ ਇਦਾਂ ਸਹੀ ਹੁੰਦਾ ਹੈ ਪਿੰਡਾਂ ਦੇ ਵਿੱਚ ਹਾਂਜੀ ਆਹ ਸਰਪੰਚਾਂ ਦਾ ਕੰਮ ਹੀ ਹੈ ਇਦਾਂ ਦੇ ਸਰਪੰਚ ਨਾ ਨਿਆਣੇ ਚੀਜ਼ਾਂ ਕਰਨ ਦੇ ਹੁੰਦੇ ਪਿੱਛੇ ਘੇਰੇ ਨੂੰ ਛਾਪਰ ਬੰਨਿਆ ਹੁੰਦਾ ਪਿੱਛੇ ਗੱਡ ਵੱਜ ਜਾਂਦੇ ਫੈਸਲਾ ਕਰਕੇ ਉੱਠਿਆ ਤੇ ਪਿੱਛੋਂ ਸੇਬਾ ਵੱਜਿਆ ਠੰਡਾ ਪਾਣੀ ਵੀ ਪਾ ਦਿੰਦੇ ਪਿਛਲੇ ਘਰ ਵਾਲੇ ਸਿਰਫ ਇਸ ਤੋਂ ਕਿੱਥੇ ਅੱਛਾ ਕਈਆਂ ਘਰਾਂ ਦੇ ਵਿੱਚ ਨਾ ਮਹੱਲਿਆਂ ਚ ਜਿਹੜੇ ਮੁੰਡੇ ਖੜੇ ਹੁੰਦੇ ਸੀ ਹੁਣ ਤੇ ਖੈਰ ਘੱਟ ਗਏ ਚੌਂਕਾਂ ਚ ਮੁੰਡੇ ਖਲੋਤੇ ਨੇ ਖੰਬਿਆਂ ਨਾਲ ਮੁੰਡੇ ਖਲੋਤੇ ਪਿੱਛੇ ਘਰ ਹੁੰਦੇ ਸੀ ਘਰਾਂ ਚ ਫੈਮਲੀਆਂ ਨੇ ਔਰਤਾਂ ਨੇ ਨਿਕਲਣਾ ਬਾਅਦ ਦੁਪਹਿਰੇ ਵੀ ਖਲੋਤੇ ਨੇ ਉਹਨਾਂ ਦਾ ਤਰੀਕਾ ਹੁੰਦਾ ਸੀ ਉਹਨਾਂ ਨੇ ਇੱਕ ਦੋ ਵਾਰੀ ਰੁਕਣਾ ਨਹੀਂ ਰੁਕੇ ਉਹਨਾਂ ਦੇਖਣਾ ਨਹੀਂ ਹਟਣ ਦੇ ਉਹਨਾਂ ਨੂੰ ਉੱਤੋਂ ਜਾ ਕੇ ਪਾਣੀ ਪਾ ਦੇ ਏਦਾਂ ਹੀ ਇਹ ਵੀ ਤਰੀਕਾ ਹੁੰਦਾ ਸੀ ਗਲੀ ਦੇ ਵਿੱਚ ਜਿਹੜਾ ਕੋਈ ਗਲੀ ਹੁੰਦੀ ਫਰੀ ਸਾਹਿਬ ਉਹਦੇ ਚ ਪਰਨਾਲਾ ਲਾਜ਼ਮੀ ਹੁੰਦਾ ਸੀ ਜਦੋਂ ਪਾਣੀ ਥੱਲੇ ਆ ਔਰ ਟੁੱਟਾ ਹੁੰਦਾ ਸੀ ਔਰ ਹਰ ਨਮਾਜ਼ੀ ਬਚ ਕੇ ਨੰਗ ਬਚ ਕੇ ਨਾ ਨਮਾਜ਼ੀ ਵਾਲੀ ਬੜੀ ਦਿੱਕਤ ਹੁੰਦੀ ਸੀ ਤੇ ਜਿਹੜਾ ਬੰਦਾ ਲੜਦਾ ਹੁੰਦਾ ਸੀ ਨਾ ਜ਼ਿਆਦਾਤਰ ਪੈਂਦੇ ਹੀ ਉਹਦੇ ਤੇ ਹੁੰਦਾ ਯਾਰ ਇਹੀ ਤੇ ਮੈਂ ਉਧਰ ਗੱਲ ਕਰ ਰਿਹਾ ਸੀ ਫਰੀਦ ਸਾਹਿਬ ਕਿ ਨਿੱਕੀ ਨਿੱਕੀ ਗੱਲਾਂ ਕਿਹਾ ਇਹਨਾਂ ਦੀ ਪੁੱਛ ਨਹੀਂ ਹੋਣੀ ਤੁਹਾਨੂੰ ਕਿ ਪਰਨਾਲਾ ਤੁਹਾਡਾ ਟੁੱਟਾ ਪੂਰੀ ਗਲੀ ਟੈਨਸ਼ਨ ਨੂੰ ਪੈ ਰਹੀ ਹੈ ਹਾਂਜੀ ਅੱਛਾ ਕਈ ਬੰਦੇ ਅੱਧੀ ਗਲੀ ਤੱਕ ਆਪਣਾ ਉਹਨਾਂ ਨੇ ਇੱਕ ਮੋਟਰਸਾਈਕਲ ਲਿਆਉਣੀ ਹੁੰਦੀ ਹੈ ਹੁਣ ਮੈਂ ਉਦਣ ਅਸੀਂ ਆਪਾਂ ਗਏ ਨੀ ਰਜ਼ਾਬਾਦ ਜਿੱਦਾਂ ਗਲੀ ਚ ਗਏ ਮਤਲਬ ਅੱਧੀ ਗਲੀ ਦੇ ਵਿੱਚ ਉਹਨਾਂ ਦੀ ਥੜੀ ਆਈ ਹੈ ਹਾਂਜੀ ਹਾਂਜੀ ਪੰਜ ਮਰਲੇ ਉਹਨਾਂ ਨੇ ਮਕਾਨ ਬਣਾ ਲਿਆ ਨਿੱਕੀ ਗਲੀ ਚ ਤੇ ਜਿਹੜਾ ਹੁਣ ਥੜੀ ਹੈ ਨਾ ਗੱਡੀ ਲੰਘਾਉਣ ਵਾਸਤੇ ਉਹ ਅੱਧੀ ਗਲੀ ਚ ਇੰਜ ਆਈ ਹੈ ਬੜੇ ਬੜੇ ਇਦਾਂ ਦੇ ਕਮਰੇ ਇਸ ਤੋਂ ਇਲਾਵਾ ਇਹਨੂੰ ਤੇ ਕਹਿੰਦੇ ਇਨਸਾਨੀਅਤ ਕਿ ਯਾਰ ਤੁਸੀਂ ਖਿਆਲ ਕਰਨਾ ਕਿ ਕਿਹੜਾ ਕੀ ਹਿਸਾਬ ਆ ਹਾਂਜੀ ਬੁਰੇ ਇਲਾਕੇ ਨੂੰ ਮਿਲਾ ਰਿਹਾ ਨਾ ਬਾਹਰ ਮੇਨ ਰੋਡ ਤੋਂ ਪੂਰੇ ਇਲਾਕੇ ਨੂੰ ਉਹਦੇ ਵਿਚਕਾਰ ਟੈਂਟ ਲਾ ਕੇ ਲੋਕ ਬਹਿ ਜਾਂਦੇ ਨੇ ਹਾਂਜੀ ਤੇ ਉਹਦੇ ਚ ਕੀ ਕਿ ਜਿੰਨਾ ਇਲਾਕੇ ਨੂੰ ਅਟੈਚ ਹੁੰਦਾ ਨਾ ਉਹ ਰੋਡ ਤੇ ਜਿੰਨਾ ਬਾਹਰ ਜਾਣਾ ਉਹ ਸਾਰਿਆਂ ਦੇ ਵਿੱਚੋਂ ਗਲੀਆਂ ਦੇ ਵਿੱਚੋਂ ਟੁੱਟੀਆਂ ਗਲੀਆਂ ਗੱਟਰਾਂ ਦੇ ਵਿੱਚੋਂ ਉਹਨਾਂ ਨੂੰ ਇਹ ਅਹਿਸਾਸ ਨਹੀਂ ਜਿੰਨੇ ਟੈਂਟ ਲਾ ਲਿਆ ਉਹ ਭਾਈ ਨਾ ਉਹਨੇ ਕਿਹਾ ਕਿ ਭਾਈ ਮੇਰੇ ਸਾਡੇ ਆਵਾਜ਼ ਲੱਗੇ ਅੱਛਾ ਉਹ ਲੋਕੀ ਗਾਲਾਂ ਬਹੁਤ ਕੱਢਦੇ ਮੂੰਹ 'ਚ ਗਲੀ 'ਚ ਵੜਦੇ ਨੇ ਹਾਂਜੀ 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 ਇੱਕਦਮ ਗਲੀ 'ਚ ਵੜਦੇ ਕਿ ਟੈਂਟ ਜਾ ਤੁਹਾਡੀ ਗੱਡੀ ਵਾਪਸ ਮਾਰਦੇ ਉਹ ਕਈ ਬੰਦੇ ਨੇ ਸਮਾਨ ਚੁੱਕਿਆ ਕਈ ਨੇ ਬੁੱਢੀ ਪਿੱਛੇ ਬਿਠਾਈ ਅੱਗੇ ਤਿੰਨ ਬੱਚੇ ਬਿਠਾਏ ਉਹ ਵਿਚਾਰਾ ਅੱਗੇ ਬੜੀ ਮੁਸ਼ਕਿਲ ਚਲਾ ਰਿਹਾ ਪੰਜ ਵੜਿਆ ਤਾਂ ਅੱਗੋਂ ਬੰਦ ਆ ਹਾਂਜੀ ਤੇ ਉਹਨੇ ਉੱਥੋਂ ਹੁਣ ਖਲੋਰਨਾ ਮੋੜਨਾ ਤੇ ਉਹਨੇ ਚੰਗੀ ਉਹਨਾਂ ਦੀ ਲਾਂ ਤਨ ਮਕਾਨ ਬਣ ਰਹੇ ਨਾ ਗਲੀ ਚ ਉਹਦੇ ਦੋ ਤਿੰਨ ਇਧਰਲੇ ਦੋ ਤਿੰਨ ਇਧਰਲੇ ਦੋ ਤਿੰਨ ਸਾਹਮਣੇ ਆਪਣੇ ਇੱਕ ਤੇ ਰੇਤ ਨਾ ਭਰੇ ਰਹਿਣਗੇ ਮਿੱਟੀ ਨਾਲ ਦੂਜਾ ਪੈਰਾਂ ਦੇ ਨਾਲ ਸਾਰੀ ਰੇਤ ਅੰਦਰ ਕੋਈ ਲੇਕਿਨ ਉਹ ਵੀ ਕੀ ਕਰਨ ਹੁਣ ਜਿਹਨਾਂ ਨੇ ਬਸਟਾਉਣੀ ਉਹ ਕੀ ਕਰਨ ਫੈਸਿਲਿਟੀ ਲੇਕਿਨ ਇਹ ਹੈ ਇਹ ਹੋ ਸਕਦਾ ਕਿ ਵੀ ਜਦੋਂ ਚਾਹੀਦੀ ਉਦੋਂ ਲਿਆਓ ਤੇ ਉਸ ਤੋਂ ਬਾਅਦ ਇਹਨੂੰ ਲਾਓ ਇੱਕ ਦੋ ਇੱਕ ਦਿਨ ਇਹਦੇ ਚ 10 10 ਦਿਨ ਪਈ ਰਹਿੰਦੀ ਹੈ ਇੱਕ ਫਰਕ ਹੁੰਦਾ ਵਾ ਕਿ ਇੱਕ ਟਰਾਲੀ ਆਉਂਦੀ ਆ ਯਾਨੀ ਕਿ 5000 ਰੁਪਏ ਦੀ ਟਰਾਲੀ ਆ ਉਹ ਸਸਤੀ ਆ ਜਾਂ 20000 ਰੁਪਏ ਦੀ ਟਰਾਲੀ ਆ ਉਹ ਜਿਹੜੀ ਤੁਸੀਂ ਰੇੜੀਆਂ ਦੇ ਹਿਸਾਬ ਨਾਲ ਲੈਣੀ ਨਾ ਉਹ ਤੁਹਾਨੂੰ ਉਹਦੀ ਲਾਗਤ ਜਿਹੜੀ ਡੇਢ ਗੁਣਾ ਜ਼ਿਆਦਾ ਪੈ ਜਾਂਦੀ ਉਹ ਫਿਰ ਲੋਕ ਲਾਲਚ ਕਰਦੇ ਇੱਕੋ ਵਾਰੀ ਸਟਾਓ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਂ ਜਿਹੜਾ 5-10 ਹਜ਼ਾਰ ਬਚਾਇਆ ਉਹ ਕਿੰਨੀ ਆਵਾਮ ਨੂੰ ਅਸੀਂ ਸਾਜੀ ਪੂਰੀ ਬਜਰੀ ਦੀ ਰੇੜੀ ਲਾ ਦਿੱਤੀ ਆਪਣੀ ਬਾਹਰ ਨੌਕਰ ਤੇ ਜਿਹੜਾ ਉਹ ਸ਼ੋਰੂਮ ਬਣਿਆ ਉਹਦੇ ਬਾਹਰ ਕਿੰਨੇ ਮਹੀਨੇ ਪਏ ਨੇ ਇਸੇ ਤਰ੍ਹਾਂ ਤੇ ਸਾਜੀ ਪੂਰੀ ਬਜਰੀ ਵਾਲੀ ਟਰਾਲੀ ਉਹ ਲੁੱਦ ਕੇ ਗਿਆ ਤੇ ਮੇਨ ਰੋਡ ਉਹਨੇ ਜਿਹੜੀ ਮੇਨ ਗਲੀ ਰੋਡ ਜਿਹੜੀ ਜਾਂਦੀ ਹੈ ਉਹਦੇ ਤੇ ਲਾ ਦਿੱਤੀ ਆ ਸਰ ਕੋਈ ਨਹੀਂ ਪੁੱਛਣ ਵਾਲਾ ਕੋਈ ਨਹੀਂ ਦੱਸਣ ਵਾਲਾ ਸਰ ਪੁੱਛਣ ਕਾਨੂੰਨ ਵੀ ਹੈਗਾ ਸਾਰਾ ਕੁਝ ਹੈਗਾ ਲੇਕਿਨ ਉਹ ਤੇ ਪੁੱਛਣਾ ਤੁਸੀਂ ਦੂਜੇ ਮੁਲਕਾਂ 'ਚ ਕਰ ਸਕਦੇ ਇੱਦਾਂ ਸੋਚਣਾ ਵੀ ਨਾ ਤੁਸੀਂ ਕਿ ਰਸਤਾ ਤੁਸੀਂ ਬੰਦ ਕਰ ਲਓ ਅੱਛਾ ਕਾਨੂੰਨ ਤੋਂ ਇੱਕ ਹਟ ਕੇ ਚੀਜ਼ ਖਲਾਕੀਆਤ ਹੁੰਦੀ ਹੈ ਖਲਾਕੀਆਤ ਛੱਡ ਦੇ ਤੂੰ ਜਿਹਨੇ ਅਮਲ ਦਰਾਮਦ ਕਰਾਉਣਾ ਨਾ ਜਿਹੜਾ ਇੱਕ ਬੰਦਾ ਸਿੱਧੀ ਤਰ੍ਹਾਂ ਨਹੀਂ ਸਮਝਦਾ ਤੇ ਅਸੀਂ ਗੱਲ ਇਹ ਹੈ ਕਿ ਅਸੀਂ ਉਹਦੇ 'ਤੇ ਗੱਲਾਂ ਕਰਦੇ ਨੇ ਸਾਡਾ ਸਾਰਾ ਹੀ ਮੁਆਸ਼ਰਾ ਅਸੀਂ ਵੀ ਵਿੱਚੇ ਹੀ ਹਾਂ ਅਸੀਂ ਅੱਜ ਆਪਣਾ ਮਕਾਨ ਤੇਰਾ ਮਕਾਨ ਕਿੰਨਾ ਰੌਲਾ ਬਣਿਆ ਮਾਲ ਤੂੰ ਕਰੇਗਾ ਕੀ ਲੇਕਿਨ ਮੈਂ ਬੜਾ ਸਾਰੀ ਦਿਹਾੜੀ 'ਚ ਇਸੇ ਕੰਮੇ ਲੱਗਾ ਰਹਿੰਦਾ ਸੀ ਰੇਤ ਚੁੱਕ ਕੇ ਕੰਧ ਨਾ ਲਾਓ ਮੈਂ ਮਜ਼ਦੂਰ ਨਾਲ ਉਹ ਕਰਦਾ ਰਹਿੰਦਾ ਸੀ ਕਿ ਕੋਈ ਹੋਰ ਨਾ ਲੈ ਜਾ ਚੁੱਕ ਨਾਲੇ ਆਪਣੀ ਨਾ ਨਹੀਂ ਲਾਦਾ ਇਹ ਜਿਹੜੀ ਇੱਧਰ ਉੱਧਰ ਉਹ ਕੰਧ ਨਾ ਉਹ ਕੰਧ ਨਾ ਲਾਉਂਦਾ ਸੀ ਤੂੰ ਇੱਧਰ ਉੱਧਰ ਰਹਿ ਜਾ ਹਾਂ ਜਿਹੜੇ ਸਤਾਜੀ ਹੁਣ ਦੇਖੋ ਸਬਜ਼ੀਆਂ ਵੇਚਦੇ ਆ ਕੋਈ ਵੀ ਚੀਜ਼ ਆ
ਰੇੜੀ ਰੂੜੀ ਗਲੀ ਚ ਖੜੀ ਕਰਦੇ ਖੋਤਾ ਵੀ ਗਲੀ ਚ ਬੰਦ ਅੱਛਾ ਯਾਰ ਹੁਣ ਫਿਰ ਛੱਟਾ ਲਵਾ ਦੀ ਫਾਇਰਿੰਗ ਕਰਾ ਆ ਗਿਆ ਸਬਜ਼ੀਆਂ ਢਾ ਲੈਨੇ ਪੈਟਰੋਲ ਤੇ ਵੀ ਆਉਣਾ ਪੈਟਰੋਲ ਤੇ ਆਏਗਾ ਬਾ ਚਾਂਡਿਆਂ ਤੇ ਆਊਗਾ ਮੈਨੂੰ ਪਤਾ ਨਹੀਂ ਹੈਗਾ ਤੇਰੇ ਤੇਰੇ ਇਲਾਕੇ ਦੇ ਤੇ ਮਸਲੇ ਅੱਲਾ ਮਾਫੀ ਦੇ ਕਿਤੇ ਕੋਈ ਬਾਕੀ ਗੱਲਾਂ ਛੱਡ ਦੇ ਕਿੱਧਰ ਗਿਆ ਸਰਪੰਚ ਹੁਣ ਕੋਈ ਸਰਪੰਚ ਸਾਹਿਬ ਕੋਈ ਥੋੜਾ ਮਹਿੰਗਾਈ ਦਾ ਸੋਚੋ ਫੈਸਲਾ ਕੀ ਹੋਇਆ ਫੈਸਲਾ ਦੱਸੋ ਇਹਨਾਂ ਦਾ ਸਰਪੰਚ ਪੰਚਾਇਤ ਨਿੱਚ ਬਹੁਤ ਮੇਰੀ ਭਾਰਤ ਆਪਣੇ ਲਈ ਕਰ ਲਈ ਗੱਲ ਜਿਹੜੇ ਲੋਕ ਦੂਸਰੇ ਹਰ ਜਗ੍ਹਾ ਦੇ ਫੇਵਰ ਕਰੋ ਸਾਰਿਆਂ ਦੀ ਫੇਵਰ ਕਰੋ ਕੀ ਕਰੀਏ ਆਪਣੀ ਸੈਲਰੀ ਚੋਂ 20% ਦਿਆ ਕਰੋ ਜ਼ਰੂਰੀ ਆ ਨਹੀਂ ਸੀਰੀਅਸਲੀ 20% ਜ਼ਰੂਰੀ ਆ 20% ਚਲੋ ਇੱਕ ਅਸੀਂ ਕਰਨੇ ਉਸਤਾਦ ਜੀ ਨੂੰ ਫੜਾ ਦਿੰਦੇ 20% ਸਾਰੇ ਫੜਾਉਂਦੇ ਆ ਫੈਸਲ ਸਾਹਿਬ ਮੈਂ ਮੇਰਾ ਵਾਅਦਾ ਮੈਂ ਫੜਾਵਾਂਗਾ ਤੁਸੀਂ 20% ਦਿਓਗੇ ਖੁਦਾ ਜਾਣਦਾ ਮੈਂ ਤੇ ਯਾਰ ਫੈਸਲ ਮੈਂ ਵੀ ਲਿਆ ਗੱਲਾਂ ਕਰਿਆ ਕਰੋ ਪਤਾ ਨਹੀਂ ਤੁਸੀਂ ਉਹਨਾਂ ਦੇ ਸਾਹਮਣੇ ਬਣਦੇ ਹੋ ਮੈਨੂੰ ਉਹਨਾਂ ਦੇ ਸਾਹਮਣੇ ਸਾਜੀ ਸੀ ਹੈ ਪਤਾ ਮੈਨੂੰ ਤੁਸੀਂ ਕਿਉਂ ਸਾਨੂੰ ਜਰੀਲ ਕਰਦੇ ਹੋ ਤੁਸੀਂ ਨਾ ਇਦਾਂ ਦੀ ਗੱਲ ਕਰੋ ਤੁਸੀਂ ਮਜਬੂਰ ਕਰਦੇ ਹੋ ਮੈਨੂੰ ਇਦਾਂ ਦੇ ਨਾ ਇਦਾਂ ਦੀ ਗੱਲ ਕਰੋ ਤੁਸੀਂ ਕਿਉਂ ਇਦਾਂ ਦੀ ਗੱਲ ਸ਼ੁਰੂ ਕਰਦੇ ਹੋ ਤੁਸੀਂ ਤਨਖਾਹ ਨਹੀਂ ਵਧਾਣੀ ਓ ਯਾਰ ਮੇਰੀ ਗੱਲ ਸੁਣ ਲੈਣਾ ਤੂੰ ਕਿਉਂ ਇਦਾਂ ਦੀ ਗੱਲ ਐਵੇਂ ਇਹ ਬੰਦੀ ਨਹੀਂ ਮਜ਼ਾਕ ਦੀ ਗੱਲ ਹੈ ਉਸਤਾਦ ਜੀ ਮੈਨੂੰ ਨਹੀਂ ਪਤਾ ਵੀ ਮੈਂ 4-5 ਸਾਲ ਹੋ ਗਏ ਤੈਨੂੰ ਵੇਖਦੇ ਵੀ ਤੂੰ ਕਿੰਨਾ ਕੁ ਖਰਚਦਾ ਪੈ ਮੈਨੂੰ ਨਹੀਂ ਪਤਾ ਸਰਪੰਚ ਦੇ ਘਰ ਦੇ ਕਹਿੰਦੇ ਨੇ ਫੈਸਲਾ ਕਰਨਾ ਹੋਵੇ ਨਾ ਤੈਨੂੰ ਬਾਹਰ ਭੇਜ ਦਿੰਦੇ ਤੂੰ ਬਾਹਰ ਆ ਸਰਪੰਚ ਪੰਚਾਇਤ ਲੱਗੀ ਹੋਵੇ ਨਾ ਕੋਈ ਖੱਪ ਪਵੇ ਬਾਬਾ ਕਹਿੰਦਾ ਉਹ ਚੁੱਪ ਕਰ ਤੇ ਭੌਕੂਗਾ ਫਿਰ ਚੰਗਿਆ ਸਰਪੰਚ ਇਹੋ ਜਿਹੇ ਸਰਪੰਚ ਨੇ ਚਲੋ ਭੌਂਕੋ ਖਤਮ ਕਰੋ ਕੰਮ ਇੱਦਾਂ ਦਾ ਬੰਦਾ ਫਕੀਰ ਨੂੰ ਦੱਸ ਦੇਵੇ ਨਾ ਫਕੀਰ ਕਹਿਣਾ ਕੀ ਗੱਲ ਕਿਤੇ ਸੀਵੀ ਜਮ੍ਹਾਂ ਕਰਾਈ ਹੈ ਅੱਜ ਦੇ ਟੈਨਸ਼ਨ ਚ ਮੇਰੇ ਦਾਦਾ ਹੀ ਸਨ ਸਰ ਵਾਕਈ ਸਰਪੰਚ ਉਸਤਾਦ ਜੀ ਉਹਨਾਂ ਨੇ ਇੱਕ ਸਾਈਕਲ ਅਸੀਂ ਛੋਟੇ ਜਿਹੇ ਹੁੰਦੇ ਸਾਈਕਲ ਚੁੱਕ ਚੋਰੀ ਦਾ ਕੇਸ ਸੀ ਬੱਸ ਕਰਦੇ ਦਾਦਾ ਜੀ ਸਰਪੰਚ ਇਹਦੇ ਘਰ 7 ਪਰੋਣੇ ਆ ਜਾਂਦੇ ਨਾ ਤੇ ਘਰ ਦੇ ਨਾਲ ਦੇ ਜਾ ਕੇ ਆਉਂਦੇ ਹੁੰਦੇ 2 ਕੱਪ ਦੇ ਦਿਓ 5 ਕੱਪ ਆ ਕਰ ਅਸੀਂ 7 ਕੱਪ ਸਖੇ ਮਾਮੇ ਵਾਲ ਗਿਆ ਹੋਵੇ ਨਾ ਫੇਰ ਵੀ ਬੂਹਾ ਖੜਕਾ ਕੇ ਅੰਦਰ ਇਹਦੀ ਅੱਛੀ ਗੱਲ ਆ ਇਹਦੇ ਆਪਣੇ ਘਰ ਵੀ ਤੁਸੀਂ ਜਾਓ ਤੇ ਸਿੱਧੇ ਚੱਲੋ ਕੋਈ ਰੋਲ ਸਰਪੰਚ ਵਰਗੇ ਬੰਦੇ ਨੂੰ ਤਨਖਾਹ ਮਿਲੇ ਆਪਣੇ ਘਰ ਇਹਨੂੰ ਸਿਰਫ ਤੁਸੀਂ ਨਾ 20 ਰੁਪਏ ਰੋਜ਼ ਦੇ ਆਉਣ ਲੱਗਿਆ ਦੇਣੇ ਬਾਕੀ ਤਨਖਾਹ ਤੁਸੀਂ ਨਾ ਜਾਂ ਮੈਨੂੰ ਦੱਸ ਦਿਆ ਕਰੋ ਜਾਂ ਘਰ ਫੜਾ ਜਾ ਕਰੋ ਅਕਸਰ ਕਈਆਂ ਬੱਚੇ ਨੂੰ ਮਾਂ ਬਾਪ ਸ਼ੈ ਲੈਣੀ ਭੇਜੇ ਨਾ ਉਹ ਲੈ ਕੇ ਪਿਓ ਪਹਿਲਾਂ ਕੋਈ ਬਕਾਇਆ ਦੇ ਸਰਪੰਚ ਦੇ ਘਰ ਦੇ ਲੋਕਾਂ ਨੂੰ ਕਹਿਣ ਦਿੰਦੇ ਸਰਪੰਚ ਨੂੰ ਕਮੇਟੀ ਦੇ ਪੈਸੇ ਨੀ ਫੜਾਉਣਾ ਸਰਪੰਚ ਨੂੰ ਦੁਕਾਨ ਵਾਲਾ ਕਹਿੰਦੇ ਹੁੰਦਾ ਖਾਤਾ ਨੀਲ ਕਰੂ ਤੇ ਅੱਗੋ ਭਾਈ ਚਾਰ ਕੁ ਪ੍ਰਾਹੁਣੇ ਆ ਜਾਣੇ ਇੱਦਾਂ ਦਾ ਸਰਪੰਚ ਨਾਲ ਦੇ ਘਰੋਂ ਕਹਿਣ ਦਿੰਦਾ ਤਸਲੀ ਆਟੇ ਦੀ ਤੇ ਦਿਓ ਏਦਾਂ ਦਾ ਸਰਪੰਚ ਨੂੰ ਪੰਚਾਇਤ ਕੋ ਪੁੱਛੂਗਾ ਸਰਪੰਚ ਸਾਹਿਬ ਪਾਨ ਪਾਇਆ ਕਿਉਂਕਿ ਨਹੀਂ ਯਾਰ ਉਹ ਚਾਰ ਤੇ ਫਾੜੀ ਚੂਸਣ ਡਿਆ ਆਹੋ ਕੋਈ ਕਈ ਬੰਦੇ ਉਹ ਵੀ ਕਰਦੇ ਚਾਰ ਦੀ ਕਿਟਿੰਗ ਨੀ ਉਹਨੂੰ ਮੂੰਹ ਚ ਰੱਖ ਕੇ ਚੂਸੀ ਜਾਣਾ ਚੂਸੀ ਤੁਸੀਂ ਉਹ ਚੀਜ਼ ਗਰਮ ਕਰਕੇ ਸਾੜ ਕੇ ਖਾਓ ਗਾਚੀ ਸਾੜ ਕੇ ਖਾਓ ਤੁਸੀਂ ਅੱਛਾ ਜਿਹੜੀ ਇਹ ਜਿਹੜਾ ਮਤਲਬ ਤੁਸੀਂ ਅੰਬ ਦੀ ਗਿਟਕ ਕੱਲੀ ਦੱਬਣੀ ਹੈ ਜ਼ਮੀਨ 'ਚ ਤੇ ਉਹ ਬੂਟਾ ਨਿਕਲੇਗਾ ਜਾਂ ਉਹ ਤੋੜ ਕੇ ਅੰਦਰੋਂ ਨਹੀਂ ਉਹ ਬੀਜ ਇਹਦਾ ਕੀ ਹਿਸਾਬ ਹੁੰਦਾ ਉਹ ਬੀਜ ਉਹਦੇ ਉਸਤਾਦ ਜੀ ਮੈਂ ਤੁਹਾਨੂੰ ਦੱਸਦਾ ਆਪਣੀ ਆਪਣਾ ਬਾਹਰ ਨਹੀਂ ਲਾਉਣ ਆ ਪਾਰਕ ਉਹਦੇ 'ਚ ਮੈਂ ਸਾਈਡਾਂ 'ਤੇ ਨਾ ਜਾਮਣ ਸੁੱਟੀ ਸੀ ਕਿੰਨੀਆਂ ਗਿਟਕਾਂ ਤਾਂ ਡੋਨ ਕਹਿ ਮੈਂ ਕਦੇ ਲੱਗੂਗਾ ਤੇ ਇਮਲੀ ਦੀ ਗਿਟਕ ਸੁੱਟੀ ਸੀ ਇਮਲੀ ਦਾ ਪੌਦਾ ਐਡਾ ਲੱਗਿਆ ਬਣੇ ਤੁਸੀਂ ਦੇਖਿਆ ਨਹੀਂ ਪੌਦਾ ਲੱਗਿਆ ਕਿੱਦਾਂ ਹਿਸਾਬ ਹੁੰਦਾ ਦੱਬਿਆ ਨਹੀਂ ਨਹੀਂ ਉਹ ਸੁੱਟਦੇ ਸੀ ਉਦੋਂ ਹਾਂਜੀ ਕੱਲੀ ਗਿਟਕ ਜੇ ਇਮਲੀ ਦੀ ਗਿਟਕ ਤੋਂ ਇਮਲੀ ਦਾ ਪੌਦਾ ਉੱਗ ਸਕਦਾ ਤੇ ਫਿਰ ਅੰਬ ਤੋਂ ਤੇ ਲਾਜ਼ਮੀ ਨਹੀਂ ਨਹੀਂ ਅੰਬ ਦੀ ਗਿਟਕ ਯਾਰ ਮੈਂ ਕਹ ਰਿਹਾ ਦੱਬਿਆ ਨਹੀਂ ਉਦੋਂ ਹੀ ਸਿੱਟੇ ਸੀ ਛੁੱਟਿਆ ਇਹ ਕੀ ਗੱਲ ਆ ਬਾਰਸ਼ਾਂ ਉਹਦੇ ਨਾਲ ਮਿੱਟੀ ਘਟਾ ਉੱਤੇ ਜਾਣ ਨਾਲ ਉਹ ਫਿਰ ਦੱਬਿਆ ਜਾਂਦਾ ਨਾ ਆਖਰ ਜ਼ਮੀਨ ਉਹਨੂੰ ਅਬਜ਼ਰਵ ਕਰ ਲੈਂਦੀ ਫਿਰ ਇਹ ਸਾਜੀ ਕਿਸੇ ਨੇ ਕਿਤੇ ਕੈਮਰੇ ਨਾਲ ਜਾਂ ਕੋਈ ਚੀਜ਼ ਨਾਲ ਬਣਾਇਆ ਕਿ ਕਿੱਦਾਂ ਸ਼ੁਰੂ ਹੁੰਦਾ ਹਾਂਜੀ ਹਾਂਜੀ ਕੀ ਤਰੀਕਾ ਵਾ ਜਿਹੜਾ ਆਪਣੇ ਘਾਹ ਕੱਟਣਾ ਹੁੰਦਾ ਉਹਨੂੰ ਮੈਂ ਕਿਹਾ ਮੈਂ ਕਿਹਾ ਪੌਦੇ ਨਹੀਂ ਕੱਟਣੇ ਉਹ ਇਮਲੀ ਵਾਲਾ ਵੀ ਐਡਾ ਹੋ ਗਿਆ
ਖੋਰ ਦੱਸਾਂ ਗਲੀਆਂ ਦੇ ਵਿੱਚ ਨਾ ਜਿੱਥੇ ਬੂਟਾ ਉੱਗ ਹੁੰਦਾ ਉੱਥੇ ਇੰਜ ਇੱਟਾਂ ਲਾਈਆਂ ਹੁੰਦੀਆਂ ਸੀ ਗੋਲ ਜਿਹਾ ਯਾਦ ਆਇਆ ਹਾਂਜੀ ਹਾਂਜੀ ਸਾਡੇ ਘਰ ਹਲੇ ਵੀ ਲੱਗੀ ਮੇਰੀ ਵਾਲਦਾ ਨੇ ਅਨਾਰ ਦਾ ਲਾਇਆ ਬੂਟਾ ਤੇ ਉਹਦੇ ਸਾਈਡਾਂ ਤੇ ਇੱਟਾਂ ਇੱਟਾਂ ਜਿਹੜੀਆਂ ਉਹ ਸਟਾਈਲ ਨਾਲ ਲਾ ਕੇ ਜਿੱਦਾਂ ਜਿੱਦਾਂ ਤਾਂ ਹੁੰਦਾ ਨਾ ਉਦਾਂ ਉਦਾਂ ਇੱਟਾਂ ਲਾਈਆਂ ਇਹ ਗਲੀਆਂ ਚ ਵੀ ਲੱਗਾ ਹੁੰਦਾ ਸੀ ਲੱਗਾ ਹੁੰਦਾ ਬਾ ਕਿੰਨੇ ਖਾ ਜੇ ਹਾਂ ਜਦੋਂ ਫਿਰ ਉਹਨੇ ਵੱਡਾ ਹੋ ਜਾਣਾ ਥੋੜਾ ਫਿਰ ਲਾ ਦੇ ਦਰਖਤ ਬਣ ਜਾਣਾ ਸਾਡੇ ਵੀ ਨਾ ਉਹਨਾਂ ਨੇ ਇੱਟਾਂ ਲਾ ਕੇ ਨਾ ਫਰੀਜ਼ਰ ਵਿੱਚ ਬੱਕਰੀਆਂ ਨਾ ਖਾ ਜਾਣ ਤੇ ਉਹ ਵੈਸੇ ਬੰਦੇ ਦਾ ਠੋਡਾ ਲੱਗਾ ਸਾਰੀ ਇੱਟ ਜਿਹੜੀ ਉੱਥੇ ਡਿੱਗੀ ਉਹ ਹੁੰਦਾ ਤੁਸੀਂ ਇਹ ਦੱਸੋ ਇੱਕ ਗਲੀ ਇੱਕ ਘਰ ਦੇ ਅੱਗੇ ਤੁਹਾਡੇ ਤੇਰੇ ਘਰ ਦੇ ਅੱਗੇ ਦਰਖਤ ਗਨਾ ਲੱਗ ਜਾਏ ਹਾਂ ਠੀਕ ਹੈ ਤੈਨੂੰ ਸਭ ਤੋਂ ਬਹੁਤਾ ਉਹਦਾ ਕੀ ਫਾਇਦਾ ਹੁੰਦਾ ਭਲਾ ਅੱਛਾ ਵੱਡੇ ਗਲੀਏ ਮਹੱਲਿਆਂ ਲੈਣ ਨੂੰ ਆਂਢੀ ਗੁਆਂਢੀ ਨੂੰ ਸਭ ਤੋਂ ਕੀ ਫਾਇਦਾ ਹੁੰਦਾ ਉਹਦਾ ਮੇਰੇ ਤੋਂ ਅੱਛਾ ਉਹਦਾ ਆਕਸੀਜਨ ਦਾ ਮਤਲਬ ਕੀ ਫਾਇਦਾ ਹੁੰਦਾ ਸਭ ਤੋਂ ਜ਼ਿਆਦਾ ਦੋ ਘਰ ਉਰੇ ਦਰਖਤ ਵਾਲੇ ਦੇ ਬਿਲਕੁਲ ਸਾਹਮਣਾ ਛੱਡ ਕੇ ਨਾ ਅਗਲਾ ਉਹ ਦਰਖਤ ਦਾ ਪੂਰਾ ਹਿਸਾਬ ਹੁੰਦਾ ਸੀ ਡਰੈਸ ਦੇ ਵਿੱਚ ਸਾਜੀ ਏਦਾਂ ਦਾ ਸਰਪੰਚ ਨੇ ਕਿਸੇ ਦੇ ਵਿਆਹ ਤੋਂ ਰੱਜ ਕੇ ਰੋਟੀ ਖਾ ਕੇ ਨਾ ਫੇਰ ਕਹੂਗਾ ਥੋੜਾ ਸ਼ੋਰਾਂ ਦਾ ਹੀ ਨੱਕ ਬੰਦ ਹੋਇਆ ਸਭ ਤੋਂ ਜ਼ਿਆਦਾ ਇੱਕ ਦੂਜੇ ਕੋ ਮੰਗਣ ਵਾਲੀ ਚੀਜ਼ ਜਿਹੜੀ ਹੁੰਦੀ ਹੈ ਪੌੜੀ ਹੁੰਦੀ ਪੌੜੀ ਪਾਣੀਆਂ ਦਾ ਪੈਪ ਹਰ ਘਰ ਚ ਆਪਣਾ ਤਕਰੀਬਨ ਹੁੰਦਾ ਪੌੜੀ ਇੱਕ ਐਸੀ ਚੀਜ਼ ਹੁੰਦੀ ਆ ਕਿ ਬਾਜੀ ਪੌੜੀ ਦੇਣਾ ਕਿਉਂਕਿ ਇਹਦਾ ਤਲਕ ਐਸਾ ਉੱਚੀ ਜਗ੍ਹਾ ਤੇ ਕਿਸੇ ਨੂੰ ਬਲਬ ਲਾਉਣਾ ਕਿਸੇ ਨੇ ਕੋਈ ਸ਼ਾਇਦ ਉਹ ਸਾਰਿਆਂ ਨੂੰ ਜ਼ਰੂਰ ਘਰਾਂ ਦੇ ਵਿੱਚ ਹੁੰਦੀ ਸੀ ਪੌੜੀ ਬਿਲਕੁਲ ਬਿਲਕੁਲ ਤੇ ਏਦਾਂ ਦੀਆਂ ਮਤਲਬ ਅੱਛਾ ਟੈਸਟਰ ਪਲਾਸ ਵੀ ਛੇੜਾਂ ਦੇ ਉੱਤੇ ਚੜ੍ਹਨਾ ਮਤਲਬ ਛੇੜ ਆ ਨਾ ਹੁਣ ਇੰਜ ਜੰਪ ਮਾਰ ਕੇ ਛੇੜ ਨੂੰ ਫੜਨਾ ਉਸ ਤੋਂ ਬਾਅਦ ਜਿਹੜਾ ਵੀ ਦਰਵਾਜ਼ਾ ਉਹਦੀ ਉਹਦੇ ਤੇ ਕੁੰਡੀ ਦੇ ਪੈਰ ਰੱਖ ਕੇ ਅੱਗੇ ਹੋ ਗਏ ਬਾਲ ਲਾਉਣਾ ਚਿੜੀ ਲਾਉਣੀ ਚਿੜੀ ਛਿੱਕੇ ਤੇ ਅਕਸਰ ਜ਼ਿਆਦਾ ਹੁੰਦਾ ਸੀ ਛੇੜ ਥੱਲੇ ਵੀ ਆਈ ਹੁੰਦੀ ਸੀ ਆਹੋ ਛੇੜ ਵੀ ਥੱਲੇ ਆ ਜਾਂਦੀ ਸੀ ਛੇੜ ਰੋਸ਼ਨੀ ਨਹਿਰੀ ਪਾਣੀ ਦਾ ਪੈਪ ਹੁੰਦਾ ਸੀ ਅੱਗੇ ਟੂਟੀ ਨਹੀਂ ਸੀ ਟੂਟੀ ਨਹੀਂ ਸੀ ਉਹ ਪੂਰੇ 4 ਵਜੇ ਪਾਣੀ ਆਉਂਦਾ ਹੁੰਦਾ ਸੀ ਸੁਬਾਹ 2 ਵਜੇ 4 ਵਜੇ ਵੀ ਆਉਂਦਾ 4 ਵਜੇ ਆਉਣਾ ਤੇ ਉਹਦੇ ਅੱਗੇ ਟੂਟੀ ਨਹੀਂ ਸੀ ਹੁੰਦੀ ਤੇ ਪੈਪ ਜਿਹਾ ਜ਼ਮੀਨ ਚੋਂ ਨਿਕਲਿਆ ਹੁੰਦਾ ਸੀ ਤੇ ਉਹਨੇ ਪੂਰਾ ਚਿੱਕੜ ਕਰ ਦੇਣਾ ਜਾਂ ਫਿਰ ਉਹਦੇ ਅੱਗੇ ਨਾ ਕਿਸੇ ਨੇ ਉਹ ਘਰ ਵਾਲਿਆਂ ਨੇ ਛਾਪਰ ਜਲ ਵੇੜ ਕੇ ਉੱਤੇ ਨਲਕੀ ਲਵੇਟ ਲੱਕੜੀ ਪਸਾਈ ਤੇ ਪੂਰੇ ਮਹੱਲੇ ਨੇ ਉਹਦੇ ਤੋਂ ਪਾਣੀ ਵੀ ਭਰਨਾ ਦੋਧੀ ਕੋ ਕਿੱਦਾਂ ਭਾਂਡੇ ਪਏ ਹੁੰਦੇ ਸੀ ਲੈਣ ਸਿਰ ਹਾਂ ਚਾਰ ਵਜੇ ਸ਼ਾਮ ਨੂੰ ਪਾਣੀ ਆਉਂਦਾ ਸੀ ਸਹੀ ਜਦੋਂ ਸੋਲੰਗ ਲੱਗਦਾ ਹੁੰਦਾ ਸੀ ਗਲੀ ਚ ਸਾਰੀ ਫਿਟਿੰਗ ਹੋਣੀ ਸੀ ਨਾ ਇਲੈਕਟ੍ਰੀਸ਼ਨ ਦੀ ਇਲੈਕਟ੍ਰੀਕਲ ਜਿੰਨਾ ਵੀ ਸਮਾਨ ਸੀ ਸਾਰਾ ਲਾ ਕੇ ਤੇ ਉਹ ਸਾਜੀ ਮੈਂ ਬੰਦਾ ਇੱਕ ਲੱਭਿਆ ਮੈਂ ਕਿਹਾ ਯਾਰ ਕਿੰਨੇ ਪੈਸੇ ਲੈ ਗਿਆ ਕਹਿੰਦਾ ਮੈਂ 6,000-7,000 ਰੁਪਏ ਦਾ ਮੁੱਕ ਗਿਆ ਤੇ ਹੁਣ ਨਾ ਉਹਨੇ ਪੈਪ ਵੀ ਮੇਰਾ ਨਾ ਪਾੜ ਦਿੱਤਾ ਗਰਿੰਡਰ ਮਾਰ ਕੇ ਉਹ ਵੀ ਨਵਾਂ ਪਾਇਆ ਤੇ ਹੁਣ ਨਾ ਮੈਂ ਉਹਨੂੰ ਲੱਭਣ ਡਿਆ ਤੇ ਮੈਂ ਉਹਦੇ ਘਰ ਚਲਾ ਗਿਆ ਮੈਂ ਕਿਹਾ ਕਿੱਥੇ ਗਏ ਨੇ ਅਸਨ ਭਾਈ ਤੇ ਉਹਨੂੰ ਉਹਦੀ ਵਾਲ ਲੱਗ ਜਾਂਦੀ ਉਹ ਪੋਲੀਓ ਦੇ ਕਤਰੇ ਪਿਆ ਇਲੈਕਟ੍ਰੀਸ਼ਨ ਮੈਂ ਕਿਹਾ ਯਾਰ ਮੈਂ ਮੈਨੂੰ ਫੋਨ ਕਰਾਇਓ ਉਹਨੇ ਘਰਦਿਆਂ ਫੋਨ ਕੀਤਾ ਤੇ ਉਹਨੇ ਚੁੱਕਿਆ ਤੇ ਮੈਂ ਕਿਹਾ ਯਾਰ ਤੈਨੂੰ ਜੀ ਮੈਂ 5,000-7,000 ਦਾ ਕੰਮ ਦਿੱਤਾ ਤੂੰ ਉਹ ਕਰ ਕਹਿੰਦਾ ਫਰੀਦ ਭਾਈ 12,000 ਦਾ ਹਫ਼ਤਾ ਲੱਗਦਾ ਤੁਹਾਡਾ ਕੰਮ ਜਿਹੜਾ ਆਹੋ ਕਹਿੰਦਾ 12,000 ਰੁਪਏ ਹਫ਼ਤਾ ਲੱਗਦਾ ਤੇ ਕਹਿੰਦਾ ਤੁਹਾਡੇ ਕੰਮ ਤੇ ਮੈਨੂੰ ਪਤਾ ਨੀ ਕਿੰਨੇ ਦਿਨ ਲੱਗ ਜਾਣੇ ਮੈਂ ਕਹਿੰਦਾ ਭਾਈ ਇਧਰੋਂ 12,000 ਰੁਪਏ ਸਿੱਧਾ ਕਰ ਲੈਣਾ 4,000-5,000 ਮੈਨੂੰ ਕੀ ਹੋਰ ਵੀ ਸੀਗੇ ਉਹ ਇੱਕ ਸਰਫ ਜਿਹਾ ਵੇਚਦੇ ਹੁੰਦੇ ਸੀਗੇ ਪਤਾ ਨੀ ਕੀ ਵੇਚਦੇ ਕਹਿੰਦੇ ਸੀ ਇਹ ਚੋਂ ਸੋਨੇ ਦੀ ਕੋਈ ਤੁਹਾਡੀ ਵਾਰੀ ਨਿਕਲੇਗੀ ਉਹ ਬੜੇ ਬੜੇ ਗੇੜੇ ਵੀ ਹੁੰਦੇ ਬੜੀਆਂ ਬਹੁਤ ਬਹੁਤ ਗੇੜੇ ਕਰ ਜਾਂਦੀਆਂ
ਰਾਤ ਨੂੰ ਬੰਦਿਆਂ ਨੇ ਘਰ ਆਉਣਾ ਤੇ ਉਹਨਾਂ ਨੇ ਕਹਿਣਾ ਮੈਂ ਅੱਜ ਨਾ ਆਹ ਚੀਜ਼ ਲਈ ਤੇ ਉਹਨਾਂ ਦੇਖਣਾ ਤਾਂ ਕਹਿਣਾ ਵੀ ਫਿੱਟੇ ਨੂੰ ਇਸਤਰੀ ਲਵੋ ਪੱਖਾ ਲਵੋ ਡੇਲੀ ਕਿਸ਼ਤ ਦੇਣੀ ਸਾਲ ਦੇ ਆਧਾਰ ਤੇ ਡੇਲੀ ਵੀ ਕਿਸ਼ਤ ਪਤਾ ਨੀ 50 ਰੁਪਏ ਕਿ 40 ਰੁਪਏ ਡੇਲੀ ਉਹ ਤਾਂ ਬੜੀ ਦੇਰ ਦਾ ਵਾ ਰੋਜ਼ ਦੇ ਕਿਸ਼ਤ 50 ਰੁਪਏ 100 ਦੇ ਤਰੀਕੇ ਬਹੁਤ ਆ 50 ਰੁਪਏ ਰੋਜ਼ ਦੇ ਲੈ ਲਓ ਮਹੀਨੇ ਦੇ ਲੈ ਉਹ ਤੇ ਅੱਜ ਕੱਲ ਉਦੋਂ ਨਾ ਕਿਸ਼ਤਾਂ ਵਾਲਿਆ ਵੱਡਾ ਨਹੀਂ ਸੀ ਉਦੋਂ ਹਰ ਮਹੱਲੇ 'ਚ ਪਠਾਣਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਪਠਾਨ ਭਾਈ ਜਿਹੜੇ ਨਾ ਇਹਨਾਂ ਦੀਆਂ ਦੁਕਾਨਾਂ ਹੁੰਦੀਆਂ ਸੀ ਕਿਸ਼ਤਾਂ ਦੇ ਉਹਨਾਂ ਨੇ ਕੋਈ 15-20 ਚੀਜ਼ਾਂ ਰੱਖੀਆਂ ਹੁੰਦੀਆਂ ਸੀ ਵਾਸ਼ਿੰਗ ਮਸ਼ੀਨਾਂ ਪੱਖੇ ਇਸਤਰੀ ਇਸ ਟਾਈਪ ਦੇ ਨਾ ਚੀਜ਼ਾਂ ਰੱਖੀਆਂ ਹੁੰਦੀਆਂ ਸੀ ਅੱਛਾ ਸਰਦਾਰ ਜੀ ਸਾਡੇ ਇਲਾਕੇ 'ਚ ਕਰਿਆਨੇ ਦੀਆਂ ਦੁਕਾਨਾਂ ਹੁੰਦੀਆਂ ਨੇ ਜਿੰਨੀਆਂ ਕਿਸ਼ਤਾਂ ਦੀਆਂ ਹੋ ਗਈਆਂ ਹਾਂ ਇਹ ਨਹੀਂ ਸਮਝ ਆਉਂਦੀ ਕਿ ਕਿਸ਼ਤਾਂ ਵਾਲਾ ਕੰਮ ਉਹਦੇ 'ਚ ਕੀ ਆ ਮੈਂ ਕਹਿੰਦਾ ਜਿਸ ਕੰਪਨੀ ਨੂੰ ਜਾਂ ਜਿਸ ਬੰਦੇ ਨੂੰ ਬਿਜ਼ਨਸ 'ਚ ਇਸ ਕੌਮ ਦੀ ਸਹੂਲਤ ਦਾ ਫਾਇਦਾ ਚੁੱਕਣਾ ਆ ਗਿਆ ਨਾ ਕਿਹਨੂੰ ਸਹੂਲਤ ਦੇਣੀ ਇਹ ਸਹੂਲਤ ਦੀ ਮਾਰੀ ਹੈ ਖੁਦ ਹੀ ਆ ਗਏ ਤੇ ਉਹ ਦਿਲ ਕੇ ਕਰੀਬ ਹਮ ਹੈ ਮਾਰੇ ਹੋਏ ਸਹੂਲਤ ਕੇ ਜੌਨ ਏਲੀਆ ਸਾਹਿਬ ਆਹੋ ਤੇ ਇਹਦੇ ਨਾਲ ਕਹਿੰਦੇ ਇੱਕ ਹੋਰ ਤਰੀਕਾ ਵੀ ਚੱਲਿਆ ਵਾ ਕਿ ਜੇ ਤੁਸੀਂ ਚੀਜ਼ ਲਈ ਤੁਹਾਨੂੰ ਪੈਸੇ ਦੀ ਜ਼ਰੂਰਤ ਆ ਤੁਸੀਂ ਉਹਦੇ ਕੋਲ ਵਾਸ਼ਿੰਗ ਮਸ਼ੀਨ ਜਿਹੜੀ ਕਿਸ਼ਤਾਂ 'ਤੇ ਲੈ ਲਈ ਐਡਵਾਂਸ ਦੇ ਗਏ ਬਾਅਦ 'ਚ ਉਸੇ ਪੈਰੀ ਉੱਥੇ ਪੈਰੀ ਉਹਨਾਂ ਨੂੰ ਕਹਿਣਾ ਕਿ ਭਾਅ ਜੀ ਤੁਸੀਂ ਮੇਰੇ ਕੋਲ ਲੈ ਲਵੋ ਯਾਨੀ ਉਹ ਲੋਕ ਬਹੁਤ ਕਰਦੇ ਰਹੇ ਜਿਨ੍ਹਾਂ ਨੇ ਕਰਜ਼ੇ ਦੇਣੇ ਹੁੰਦੇ ਨਾ ਇੱਕ ਬੰਦੇ ਨੇ ਕਿਸੇ ਦਾ 2 ਲੱਖ ਰੁਪਇਆ ਦੇਣਾ ਮੋਟਰਸਾਈਕਲਾਂ ਬਹੁਤ ਕਢਾਈਆਂ ਲੋਕਾਂ ਨੇ ਜਦੋਂ 70-80 ਹਜ਼ਾਰ ਦੇ ਸੀ ਨਾ ਉਦੋਂ ਨੇ ਕਹਿਣਾ ਯਾਰ 1.5 ਲੱਖ ਰੁਪਇਆ ਦੇਣਾ ਉਹਨੇ ਕਹਿਣਾ ਮੋਟਰਸਾਈਕਲਾਂ ਕਢਾ ਕੇ ਦੇ ਦੇ ਉਹਨੇ ਕਹਿਣਾ ਮੈਂ ਤੈਨੂੰ ਮੋਟਰਸਾਈਕਲਾਂ ਦੇ ਦਿੰਦਾ ਠੀਕ ਹੈ ਜਿਹਨੂੰ 2 ਮੋਟਰਸਾਈਕਲਾਂ ਕਿਸ਼ਤਾਂ 'ਤੇ ਕਢਾਈਆਂ ਅਤੇ ਉੱਧਰ ਦੇ ਦਿੱਤਾ 1.5 ਲੱਖ ਚਲੋ ਉਹ 2-4 ਹਜ਼ਾਰ ਮਹੀਨੇ ਦਾ ਦਿੰਦਾ ਰਿਹਾ ਇੰਝ ਬਹੁਤ ਕੰਮ ਹੋਏ ਗਲਤ ਗੱਲ ਹੈਗੀ ਹੈ ਯਾਰ ਕਿ ਫਰੀਦ ਸਾਹਿਬ ਸਾਹਿਬ 1.5 ਲੱਖ ਰੁਪਇਆ ਲੈਣਾ ਨਾ ਇੱਕ ਬੰਦੇ ਨੇ ਅਤੇ ਦੂਸਰੇ ਭਰਾ ਨੇ ਕੀ ਕਰਨਾ ਗਾ ਉਹ ਕਹਿਣਾ ਯਾਰ ਮੈਂ ਕਿਸ਼ਤਾਂ 'ਤੇ ਤੈਨੂੰ ਗੱਡੀ ਲੈ ਦਿੰਦਾ ਹੁਣ ਉਹ ਗੱਡੀ ਕਿਸ਼ਤਾਂ 'ਤੇ ਜਿਹੜੀ ਪਈ ਹੈ ਜੀ 3.5 ਲੱਖ ਰੁਪਏ ਦੀ ਸਮਝ ਆਈਏ ਉਹਨੇ ਨਕਦਾਂ ਦਾ ਹਿਸਾਬ ਲੈਣਾ ਨਹੀਂ ਨਹੀਂ ਉਹਨੇ ਤਾਂ ਗੱਡੀ ਉਹਨੇ ਦੀ ਲੈਣੀ ਨਾ ਜਿੰਨੇ ਦੀ ਕੈਸ਼ ਆ ਉਹਨੇ ਤਾਂ ਵੇਚਣੀ ਆ ਮਤਲਬ ਇੱਕ ਮਿਸਾਲ ਆ 1 ਲੱਖ ਰੁਪਏ ਦੀ ਗੱਡੀ ਆ ਉਹਨੇ ਦੇਣਾ ਵਾ 1 ਲੱਖ ਰੁਪਈਆ ਉਹਨੇ ਦੇਣਾ ਵਾ ਇੱਕ ਮਿਸਾਲ ਆ 1 ਲੱਖ ਰੁਪਏ ਦੀ ਗੱਡੀ ਉਹਨੂੰ ਉਹ ਗੱਡੀ ਕਿਸ਼ਤਾਂ 'ਤੇ ਪੈਣੀ 1,30,000 ਦੀ ਲੇਕਿਨ ਉਹਨੇ ਐਡਵਾਂਸ ਦੇਣਾ ਉਹਦੇ ਕੋਲ ਹੁਣ 1 ਲੱਖ ਇਕੱਠਾ ਨਹੀਂ ਹੈਗਾ ਉਹਦੇ ਕੋਲ 10,000 ਐਡਵਾਂਸ ਉਹਨੇ 10,000 ਗੱਡੀ ਵਾਲਿਆਂ ਦੇ ਕੇ ਗੱਡੀ ਲਿਜਾ ਕੇ ਦਿੰਦੇ ਦੇਣੀ ਤੂੰ ਵੀ 1 ਲੱਖ ਰੁਪਈਆ ਇਹ ਜ਼ੇਨ ਆ ਵੀ ਚੱਲ ਮੇਰੀ 90 ਦੀ ਵੀ ਨਾ ਵਿਕੂਗੀ ਯਾਰ ਇੱਕ ਮਿਸਾਲ ਆ ਤੂੰ ਵੀ ਲੈਣੇ ਤੋਂ ਜਾ ਕੇ 90-95 ਦੀ ਕਿ ਭਾਈ 10,000 ਘੱਟ ਦੇ ਦਿਓ ਤੇਰਾ ਵੀ 1 ਲੱਖ ਤਕਰੀਬਨ ਆ ਗਿਆ ਪੂਰਾ ਉਹਦਾ ਵੀ ਸਰ ਗਿਆ ਉਹ ਮੈਂ ਕਿਸ਼ਤਾਂ ਦਿੰਦਾ ਰਹੂ ਇਹ ਜੁਗਾੜ ਕਰ ਲੈਂਦੇ ਨੇ ਉਹ ਪਤਾ ਕੀ ਉਹ ਜਿਹੜੇ ਕਹਿੰਦੇ ਨੇ ਨਾ ਕਿ ਸਾਲ ਦੇ ਉਧਾਰ ਤੇ ਇਸਤਰੀ ਲੈ ਲਓ ਕੰਮਲ ਲੈ ਲਓ ਜਿਹੜੀ ਹੈ ਮਰਜ਼ੀ ਲੈ ਲਓ ਸਾਲ ਦੇ ਉਧਾਰ ਤੇ ਉਸਤਾਦ ਜੀ ਦੇ ਗਿਆ ਕਰੈਕਟਰ ਤੇ ਉਹ 2 ਮਹੀਨੇ ਬਾਅਦ ਹੀ ਆ ਗਿਆ ਕਿਉਂ ਕਹਿੰਦੇ ਅਸੀਂ ਸ਼ਹਿਰ ਛੱਡਣਾ ਹੈਗਾ ਤੇ ਅਸੀਂ ਜਾ ਰਹੇ ਸਾਨੂੰ ਪੈਸੇ ਦਿਓ ਆਪਣਾ ਖਿਆਲ ਰੱਖੋ ਬਹੁਤ ਬਹੁਤ ਆਪਣਾ ਖਿਆਲ ਰੱਖੋ ਨਾਦਰੀਨ ਤੇ ਉਹ ਜਿਹੜੀਆਂ ਟਿਕਟਾਂ ਸ਼ਿਕਟਾਂ ਦਾ ਸਿਸਟਮ ਹੈ ਨਾ ਉਹ ਖਰੀਦ ਲਓ ਪਾਜੀ ਨੂੰ ਕਦੋਂ ਕਰਨਾ ਆਪਾਂ ਉਹ 25 ਨੂੰ 25 ਨੂੰ ਮੈਂ ਇਨਸ਼ਾਅੱਲਾ ਅਮੀਰ ਨੇ ਵੀ ਆਉਣਾ ਤੁਹਾਡੀ ਨੂੰਹ ਨੇ ਵੀ ਆਉਣਾ ਮੈਂ ਪੈਸੇ ਦੇ ਕੇ ਤੁਹਾਡੇ ਕੋਲ ਟਿਕਟਾਂ ਪਰਚੇਜ਼ ਕਰਨੀਆਂ ਜਿਹੜਾ ਨਾਂ ਦੇਵੇ ਉਹ ਕੌਣ ਅਲਹਮਦੁਲਿਲਾ ਨਹੀਂ ਇਹ ਸੂਟ ਤੂੰ ਕੀ ਸੋਚਿਆ ਸੀ ਵੀ ਮੈਂ ਅੱਗੋਂ ਕਵਾਂਗਾ ਨਹੀਂ ਨਹੀਂ ਪਾਗਲ ਹੋਇਆ ਤੂੰ ਇਹ ਇਹ ਸੋਚਿਆ ਸੀ ਤੂੰ ਨਹੀਂ ਇਹ ਕਹਿੰਦੇ ਸੀ ਨਾ ਅਸੂਲ ਇਸ ਅਸੂਲ ਨਹੀਂ ਉਹ ਭਰਾਵਾ ਸੀ ਤੁਸੀਂ ਛੱਡਣੀਆਂ ਨਹੀਂ ਦੇਣਾ ਹੈਗਾ ਸੀ ਅਸੀਂ ਕਹਿੰਦੇ ਨਹੀਂ ਇਹ ਕੰਪਨੀ ਦੇ ਬੰਦੇ 17 ਫੈਮਿਲੀ ਮੋਹ ਚ ਵੜ ਆਈ ਕੰਪਨੀ ਵੜਨੀਆਂ ਉਹ ਨਾ ਇਕੱਲੇ ਨੇ 500 ਐਪੀਸੋਡ ਜਿਹੜਾ ਉਹ ਕਿੰਨਾ ਨੇ ਕੀਤਾ ਅਸੀਂ ਕੀਤਾ ਤੁਸੀਂ ਇਕੱਲੇ ਹੀ 500 ਐਪੀਸੋਡ ਲੇਕਿਨ ਮੈਂ ਪੈਸੇ ਦੇਣੇ ਸਾ ਜੀ ਮੈਂ ਤਾਂ ਰੋਖ ਨਹੀਂ ਚੰਗਾ ਉਹ ਬਿਜ਼ਨਸ ਬਿਜ਼ਨਸ ਰੂਲਸ ਇਸ ਰੂਲ ਸੈਲਰੀਆਂ ਦਿੰਦੇ ਸਾਨੂੰ ਇਹਨ ਖਾਣ ਨੂੰ ਤਾਂ ਦੇ ਹੱਥ ਉਹ ਬਿਜ਼ਨਸ ਚ ਕਹਿੰਦੇ ਬਿਜ਼ਨਸ ਚ ਓਕੇ ਭਾਜੀ ਓਕੇ ਨਾਦਰੀਨ ਠੀਕ ਆ ਓਕੇ ਅੱਲਾ ਹਾਫਿਜ਼